ਧੰਨ ਵਾਹਿਗੁਰੂ ਸਾਹਿਬ ਜੀ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੂ ਕੋਈ, ਮਾਟੀ ਕਾ ਕਿਆ ਧੁੱਪੈ ਸੁਆਮੀ, ਮਾਨਸ ਕੀ ਗਤ ਇਹੀ, ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ, ਪੇਟ ਭਰਿਓ ਪਛੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ, ਸਾਧ ਸੰਗਤ ਕਬਹੂ ਨਹੀਂ ਕੀਨੀ, ਰਚਿਓ ਧੰਦੈ ਝੂਠ ਸਵਾਨ ਸ਼ੁਕਰ ਬਾਇਸ, ਜਿਵੇਂ ਭਟਕਤ ਚਾਲਿਓ ਸਵਾਨ ਸ਼ੁਕਰ ਬਾਇਸ, ਜਿਵੇਂ ਭਟਕਤ ਚਾਲਿਓ ਉਠ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਦੇ ਪਾਵਨ ਅਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਤਸੰਗੀ ਜਨੋ, ਸਾਹਿਬਾਂ ਦੀ ਪਾਵਨ ਹਜ਼ੂਰੀ ਵਿੱਚ ਸੁਸ਼ੋਭਿਤ ਹੋ ਕੇ ਰੋਜ਼ਾਨਾ ਦੀ ਤਰ੍ਹਾਂ ਪਾਵਨ ਬਾਣੀ ਦਾ ਕੀਰਤਨ ਅਤੇ ਵਿਚਾਰ ਅਧੀਨ ਸ਼ਬਦ ਦਾ ਪਾਠ ਗੁਰੂ ਪਿਆਰਿਆਂ ਪਾਸੋਂ ਸਰਵਣ ਕੀਤਾ ਹੈ। ਧੰਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ, ਤਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸਿਧਾਂਤਕ ਅਮੋਲਕ ਬਚਨ, ਜਿਨ੍ਹਾਂ ਦਾ ਹੁਣੇ ਆਪਾਂ ਪਾਠ ਸਰਵਣ ਕੀਤਾ ਹੈ। ਆਓ ਸਤਿਗੁਰ ਜੀ ਦੇ ਇਹਨਾਂ ਅਮੋਲਕ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀ ਸੰਗਤ ਇੱਕੇ ਵਾਰ ਕਹਿਣ 'ਤੇ ਮਨੋਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਗੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਬਚਨ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੇ ਹਨ ਕਿ ਗੁਰੂ ਦੇ ਦੁਆਰਾ ਹੀ ਉਸ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਅਤੇ ਗੁਰੂ ਦੇ ਦੱਸੇ ਹੋਏ ਇਸ ਨਾਮ ਨੂੰ ਜੀਵਨ ਵਿੱਚ ਵਸਾਉਣ ਨਾਲ ਹੀ ਮਨੁੱਖ ਦੇ ਜੀਵਨ ਦੀ ਭੁੱਖ ਮਿਟ ਸਕਦੀ ਹੈ। ਸ਼ਬਦ ਦੇ ਰਹਾਓ ਵਾਲੇ ਬੰਧ ਵਿੱਚ ਗੁਰਦੇਵ ਪਿਤਾ ਜੀ ਨੇ ਜੋ ਵਿਚਾਰ ਬਖਸ਼ਿਸ਼ ਕੀਤੀ ਹੈ, ਕਿਉਂਕਿ ਆਪ ਜੀ ਜਿਹੜੇ ਗੁਰੂ ਪਿਆਰੇ ਖੁਦ ਗੁਰਬਾਣੀ ਪੜ੍ਹਦੇ ਨੇ, ਪਾਠ ਕਰਦੇ ਨੇ, ਜਿਨ੍ਹਾਂ ਨੇ ਕਈ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪ ਪਾਠ ਕੀਤਾ, ਉਹਨਾਂ ਨੂੰ ਭਲੀ ਭਾਂਤ ਪਤਾ ਹੋਵੇਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਜਿਹੜਾ ਰਹਾਉ ਦਾ ਬੰਧ ਵਰਤਿਆ ਗਿਆ ਹੈ, ਜੋ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦਾ ਹੈ, ਚਾਹੇ ਉਹ ਅਸ਼ਟਪਦੀਆਂ ਹੋਣ, ਚਾਹੇ ਉਹ ਚਾਰ ਬੰਦਾਂ ਦਾ ਕੋਈ ਸ਼ਬਦ ਹੋਵੇ। ਸਤਿਗੁਰ ਪਾਤਸ਼ਾਹ ਜੀ ਰਹਾਉ ਦੇ ਬੰਧ ਵਿੱਚ ਬਹੁਤ ਸੁੰਦਰ ਵਿਚਾਰ ਬਖਸ਼ਿਸ਼ ਕਰਦੇ ਹਨ। ਸਹਿ ਫਰਮਾਉਂਦੇ ਹਨ, ਸਤਿਗੁਰ ਨਾਮ ਬੁਝਾਇਆ, ਸਤਿਗੁਰ ਦੇ ਇਰਾਰੇ ਨੂੰ ਸਿਹਾਰੀ ਹੈ, ਸਤਿਗੁਰੂ ਨੇ ਨਾਮ ਬੁਝਾਇਆ, ਵਿਣ ਨਾਵੇਂ ਭੁੱਖ ਨਾ ਜਾਈ, ਨਾਮੇ ਤ੍ਰਿਸ਼ਨਾ ਅਗਨ ਬੁਝੈ, ਨਾਮ ਮਿਲੈ ਤਿਸੈ ਰਜਾਈ। ਗੁਰਦੇਵ ਪਿਤਾ ਜੀ ਫਰਮਾਉਂਦੇ ਹਨ ਕਿ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੋ ਹੈ, ਉਹਦੇ ਨਾਮ ਬਾਰੇ, ਉਹਦੀਆਂ ਵਿਚਾਰਾਂ ਬਾਰੇ
ਜੋ ਗਿਆਨ ਹੈ ਉਹ ਕੇਵਲ ਗੁਰੂ ਕੋਲੋਂ ਮਿਲ ਸਕਦਾ ਹੈ। ਭਾਗਾਂ ਵਾਲੇ ਗੁਰਸਿੱਖੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਹੁਤ ਵਾਰ ਨਾਮ ਲਫ਼ਜ਼ ਅਕਸਰ ਹਰ ਸ਼ਬਦ ਵਿੱਚ ਆਉਂਦਾ ਹੈ। ਹੁਣ ਨਾਮ ਦੀ ਗੱਲ ਜਦੋਂ ਅਸੀਂ ਸਿੱਧੇ ਅਰਥਾਂ ਵਿੱਚ ਕਰਦੇ ਹਾਂ ਤਾਂ ਸਾਨੂੰ ਕਈ ਵਾਰ ਇੰਝ ਭੁਲੇਖਾ ਪੈਂਦਾ ਜਿਵੇਂ ਕਿਸੇ ਬੰਦੇ ਦਾ ਨਾਮ ਹੁੰਦਾ ਇੱਦਾਂ ਦਾ ਨਾਮ ਪਰਮਾਤਮਾ ਦਾ ਹੈ। ਹੁਣ ਇਹ ਗੱਲ ਆਪਾਂ ਗੁਰੂ ਪਾਤਸ਼ਾਹ ਜੀ ਕੋਲੋਂ ਪੁੱਛਣੀ ਹੈ ਕਿ ਮਹਾਰਾਜ ਤੁਸੀਂ ਜੋ ਵਿਚਾਰ ਬਖਸ਼ਿਸ਼ ਕੀਤੇ ਨੇ ਵੀ ਸਤਿਗੁਰ ਨਾਮ ਬੁਝਾਇਆ, ਸਤਿਗੁਰੂ ਹੀ ਨਾਮ ਬਾਰੇ ਸਾਨੂੰ ਗਿਆਨ ਦਿੰਦਾ ਹੈ ਅਤੇ ਸਮਝ ਆਉਂਦੀ ਹੈ ਨਾਮ ਕੀ ਚੀਜ਼ ਹੈ, ਅਤੇ ਵਿਣ ਨਾਮ ਹੈ ਭੁੱਖ ਨਾ ਜਾਈ। ਨਾਮ ਦੀ ਸਮਝ ਗੁਰੂ ਕੋਲ ਆਉਣੀ ਹੈ ਅਤੇ ਨਾਮ ਤੋਂ ਬਿਨਾਂ ਮਨੁੱਖ ਨੇ ਤ੍ਰਿਪਤ ਨਹੀਂ ਹੋਣਾ, ਮਨੁੱਖ ਰੱਜ ਨਹੀਂ ਸਕਦਾ। ਸਾਹਿਬ ਨੇ ਪਾਵਨ ਬਾਣੀ 'ਚ ਵੀ ਕਿਹਾ ਹੈ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀਂ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵਨ। ਇਹ ਸਾਰੇ ਹੀ ਇੱਕ ਇੱਕ ਗੁਣ ਦੇ ਗਾਹਕ ਨੇ, ਅੱਖਾਂ ਨੂੰ ਵੇਖਣ ਦਾ, ਜ਼ੁਬਾਨ ਨੂੰ ਬੋਲਣ ਦਾ, ਕੰਨਾਂ ਨੂੰ ਸੁਣਨ ਦਾ। ਗੁਰਦੇਵ ਪਿਤਾ ਜੀ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਹੇ ਭਲੇ ਇਨਸਾਨ, ਜੇ ਤ੍ਰਿਪਤ ਹੋਣਾ ਚਾਹੁੰਦਾ, ਰੱਜਣਾ ਚਾਹੁੰਦਾ ਹੈ ਤਾਂ ਇੱਕੋ ਹੀ ਤਰੀਕਾ ਹੈ, ਗੁਣ ਕਹਿ ਗੁਣੀ ਸਮਾਏ। ਗੁਣ ਕੇ ਗੁਣੀ ਸਮਾਏ ਦਾ ਅਰਥ ਆ ਜਿਹੜੇ ਰੱਬ ਵਿੱਚ ਗੁਣ ਨੇ ਉਹ ਗੁਣ ਆਪਣੇ 'ਚ ਧਾਰਨ ਕਰ ਲਾ, ਇੱਕ ਹੋ ਜਾਏਗਾ। ਅਤੇ ਗੁਰੂ ਦਾ ਮਕਸਦ ਵੀ ਇਹੋ ਹੀ ਹੈ, ਗੁਰੂ ਚਾਹੁੰਦਾ ਹੈ ਕਿ ਮੈਂ ਇੱਕ ਮਨੁੱਖ ਵਿੱਚ ਉਹ ਗੁਣ ਪੈਦਾ ਕਰ ਦੇਵਾਂ ਜਿਹੜੇ ਗੁਣਾਂ ਕਰਕੇ ਰੱਬ ਦੇ ਸਾਹਮਣੇ ਪ੍ਰਵਾਨ ਹੋ ਸਕੇ, ਮਾਲਕ ਜੀ ਅਕਾਲ ਪੁਰਖ ਜੀ ਇਸ ਨੂੰ ਪ੍ਰਵਾਨ ਕਰ ਲੈਣ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਨਾਮ ਬਾਰੇ ਚਰਚਾ ਚੱਲਦੀ ਹੈ, ਨਾਮ ਦੀ ਵਿਚਾਰ ਤੁਰਦੀ ਹੈ। ਹੁਣ ਭਗਤ ਤ੍ਰਿਲੋਚਨ ਜੀ, ਭਗਤ ਨਾਮਦੇਵ ਜੀ ਨੂੰ ਵੇਖਦੇ ਨੇ ਕੰਮ ਕਰਦਿਆਂ, ਸਲੋਕ ਬਾਬਾ ਕਬੀਰ ਜੀ ਦੇ ਨੇ, ਉਹ ਕੰਮ ਕਰਦਿਆਂ ਵੇਖ ਕੇ ਹੈਰਾਨ ਹੁੰਦੇ ਨੇ, ਇਹ ਤਾਂ ਕੰਮ ਹੀ ਕਰੀ ਜਾਂਦਾ ਹੈ, ਨਾਮ ਕਿਹੜੇ ਵੇਲੇ ਜਪਦਾ ਹੈ। ਨਾਮਾ ਮਾਇਆ ਮੋਹਿਆ, ਨਾਮੇ ਨੂੰ ਤਾਂ ਮਾਇਆ ਨੇ ਮੋਹ ਲਿਆ। ਕਹਿ ਤ੍ਰਿਲੋਚਨ ਮੀਤ ਕਾਹੇ ਛੀਪੋ ਛਾਇਲਾ, ਰਾਮ ਨਾਲ ਲਾਭੋ ਚੀਤ। ਤੂੰ ਰਾਮ ਨਾਲ ਚਿੱਤ ਕਿਉਂ ਨਹੀਂ ਜੁੜਦਾ, 24 ਘੰਟੇ ਅੰਬਰੇ ਠੇਕਦਾ ਰਹਿੰਦਾ ਹੈ, 24 ਘੰਟੇ ਆਪਣੀ ਕਿਰਤ ਵਿੱਚ ਹੀ ਲੱਗਾ ਰਹਿੰਦਾ ਹੈ, ਨਾਮ ਕਿਹੜੇ ਵੇਲੇ ਜਪਦਾ ਹੈ। ਨਾਮਾ ਕਹਿ ਤ੍ਰਿਲੋਚਨਾ, ਮੁੱਖ ਤੇ ਰਾਮ ਸੰਭਾਲ, ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿਣ ਲੱਗੇ ਹੱਥਾਂ ਪੈਰਾਂ ਨਾਲ ਮੈਂ ਆਪਣਾ ਕੰਮ ਕਰਦਾ ਪਰ ਚਿੱਤ ਵਿੱਚ ਸੱਚ ਵਸਿਆ ਹੋਇਆ ਹੈ। ਇੱਥੇ ਬਸ ਨਹੀਂ, ਉਦਾਹਰਨਾਂ ਬੜੀਆਂ ਪਿਆਰੀਆਂ ਦਿੱਤੀਆਂ ਭਗਤ ਤ੍ਰਿਲੋਚਨ ਜੀ ਦੇ ਨਾਲ ਵਿਚਾਰ, ਪਾਤਰ ਘੜ ਲਿਆ ਨਾ ਇੱਕ ਗੱਲ ਕਰਨ ਲਈ, ਪਾਤਰ ਬਣਾ ਲਿਆ। ਗੱਲ ਤਾਂ ਭਗਤ ਤ੍ਰਿਲੋਚਨ ਨੂੰ ਨਹੀਂ ਕਹਿ ਰਹੇ, ਗੱਲ ਤਾਂ ਸਾਨੂੰ ਕਹਿ ਰਹੇ ਨੇ। ਭਗਤ ਤ੍ਰਿਲੋਚਨ ਤੱਕ ਪਾਤਰ ਬਣਾਇਆ ਜਿਹਦੇ ਨਾਲ ਗੱਲ ਕਰਕੇ ਸਮਝਾਉਣਾ ਸਾਨੂੰ ਹੈ ਕਿ ਭਲੇ ਐਵੇਂ ਨਾ ਸਮਝੀ ਕੰਮ ਛੱਡ ਕੇ ਨਾਮ ਜਪਿਆ ਜਾਂਦਾ ਹੈ, ਐਵੇਂ ਭੁਲੇਖੇ 'ਚ ਨਾ ਪੈ ਜੀ ਵੀ ਕਿਤੇ ਕੰਮ ਤਿਆਗ ਕੇ ਨਾਮ ਜਪਿਆ ਜਾਂਦਾ ਹੈ। ਕਈ ਵਾਰੀ ਐਸਾ ਪ੍ਰਚਾਰ ਵੀ ਕੀਤਾ ਜਾਂਦਾ ਕਿ ਨਾਮ ਜਪਣ ਵਾਸਤੇ, ਇਹ ਵੀ ਭੁਲੇਖੇ। ਇਸ ਸ਼ਬਦ ਵਿੱਚ ਬੜੀ ਕਲੀਅਰ ਗੱਲ ਕੀਤੀ ਗੁਰਦੇਵ ਨੇ, ਇੰਝ ਭੁਲੇਖਾ ਪਾਇਆ ਜਾਂਦਾ। ਵੇਖੋ ਜੀ, ਬਾਣੀ ਵਿਚਾਰ ਹੋ ਰਿਹਾ, ਪਾਠ ਹੋ ਰਿਹਾ, ਨਾਮ ਜਪਣਾ ਹੋ ਰਿਹਾ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਸੇ ਸ਼ਬਦ ਵਿੱਚ ਦੂਸਰੇ ਬੰਦ ਵਿੱਚ ਵਿਚਾਰ ਆਏਗੀ ਅੱਗੇ, ਜਿਹਦੇ ਵਿੱਚ ਕਲੀਅਰ ਹੀ ਕਰ ਦਿੱਤਾ ਹੈ ਕਿ ਨਾਮ ਜਪਣਾ ਹੈ ਕੀ। ਹੁਣ ਭਗਤ ਨਾਮਦੇਵ ਜੀ ਨੇ ਬੜੇ ਪਿਆਰੇ ਵਿਚਾਰ ਬਖਸ਼ਿਸ਼ ਕੀਤੇ ਨੇ, ਉਦਾਹਰਨਾਂ ਸਿੰਪਲ ਸਾਦੀਆਂ। ਕਈ ਵਾਰੀ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵਿਚਾਰਧਾਰਾ ਬੜੀ ਔਖੀ ਹੈ, ਇਸ ਕਰਕੇ ਬਾਹਰੋਂ ਕਈ ਵਾਰੀ ਓਟ ਆਸਰਾ ਲੈਣਾ ਪੈਂਦਾ ਹੈ। ਭਲੇ ਇਨਸਾਨ, ਗੁਰੂ ਨਾਨਕ ਸਾਹਿਬ ਨੇ ਤਾਂ ਖੇਤਾਂ 'ਚ ਕੰਮ ਕਰਨ ਵਾਲੇ ਜਿਹਨੂੰ ਵੱਖਰੀ ਗਿਆਨ ਨਹੀਂ ਸੀ ਉਹਦੇ ਤਲ 'ਤੇ ਜਾ ਕੇ ਵੀ ਉਹਨੂੰ ਸਮਝਾਇਆ ਹੈ। ਜਦੋਂ ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਧਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਮਾਲਕ ਨੂੰ ਪਤਾ ਸੀ ਇਹਨੂੰ ਸੁਹਾਗੇ ਦੀ ਸਮਝ ਹੈ, ਇਹਨੂੰ ਖੇਤੀਬਾੜੀ ਦੀ ਸਮਝ ਹੈ। ਸੰਦ ਉਹਦੇ ਸੰਦਾਂ ਦੀਆਂ ਉਦਾਹਰਨਾਂ ਦੇ ਕੇ, ਉਹਦੀ ਕਿਰਤ ਦੀ ਉਦਾਹਰਨ ਦੇ ਕੇ ਗੱਲ ਗੁਣਾਂ ਦੀ ਕੀਤੀ ਹੈ। ਹੁਣ ਵੇਖੋ, ਸੰਤੋਖ ਸੁਹਾਗਾ ਅਤੇ ਮੁੰਦਾ ਸੰਤੋਖ। ਜੋਗੀ ਨੂੰ ਮੁੰਦਰਾਂ ਦੀ ਸਮਝ ਆਉਣੀ, ਉੱਥੇ ਮੁੰਦਾ ਸੰਤੋਖ ਕਹਿ ਦਿੱਤਾ। ਕਿਰਸਾਨ ਨੂੰ ਸੁਹਾਗੇ ਦੀ ਸਮਝ ਆਉਣੀ, ਉੱਥੇ ਸੰਤੋਖ ਸੁਹਾਗਾ ਕਹਿ ਦਿੱਤਾ।
ਕਿੱਦਾਂ ਨਹੀਂ ਸਮਝ ਆਏਗੀ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੀ। ਕਿੱਡੇ ਕਾਬਲ ਉਸਤਾਦ ਨੇ, ਕਿੱਡੇ ਕਾਬਲ ਟੀਚਰ ਨੇ ਕਿ ਉਹਨਾਂ ਦੇ ਕੋਲ ਕੋਈ ਪੜ੍ਹਨਾ ਵਾ। ਸੰਸਾਰ ਦਾ ਟੀਚਰ ਫੇਲ ਹੋ ਸਕਦਾ, ਕਿਸੇ ਨੂੰ ਸ਼ਾਇਦ ਨਾ ਪੜ੍ਹਾ ਸਕੇ। ਗੁਰੂ ਨਾਨਕ ਸਾਹਿਬ ਜੀ ਦਾ ਹਰ ਇੱਕ ਮਨੁੱਖ ਨੂੰ ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਅਤੇ ਕਾਇਲ ਹੋ ਕੇ ਗਿਆ ਹੈ, ਗੁਰੂ ਸਾਹਿਬ ਦੇ ਬਚਨਾਂ ਤੋਂ ਮਰੀਦ ਹੋ ਕੇ ਗਿਆ ਉਹ ਮਨੁੱਖ ਜਿਹੜਾ ਗੁਰੂ ਸਾਹਿਬ ਦੇ ਕੋਲ ਇੱਕ ਵਾਰ ਬੈਠ ਗਿਆ। ਹੁਣ ਭਾਗਾਂ ਵਾਲੇ ਗੁਰਸਿੱਖੋ, ਭਗਤ ਨਾਮਦੇਵ ਜੀ ਨੇ ਜੋ ਵਿਚਾਰ ਬਖਸ਼ਿਸ਼ ਕੀਤੇ ਨੇ, ਆ ਨੀਲੇ ਕਾਗਜ਼, ਕਿੱਡੀ ਸਿੰਪਲ ਉਦਾਹਰਨ ਹੈ। ਆ ਨੀਲੇ ਕਾਗਜ਼ ਕਾਟੀ ਲੇ ਗੁੱਡੀ ਆਕਾਸ਼, ਮੱਧੇ ਭਰਮੀ ਵਾਲੇ ਪੰਚ ਜਨਾ ਸਿਉ ਬਾਤ ਬਤਾਊਆ, ਚੀਸ ਸੋ ਡੋਰੀ ਰਾਖੀ ਵਾਲੇ। ਬੜੀ ਸਿੰਪਲ ਉਦਾਹਰਨ ਹੈ, ਹਰ ਬੰਦੇ ਨੂੰ ਸਮਝ ਆਏਗੀ ਕਿ ਨਾਮ ਕਿਵੇਂ ਜਪਣਾ। ਭਗਤ ਨਾਮਦੇਵ ਜੀ ਕਹਿੰਦੇ ਬੱਚਾ ਬਾਜ਼ਾਰ ਗਿਆ, ਉੱਥੋਂ ਕਾਗਜ਼ ਲੈ ਕੇ ਆਇਆ। ਹੁਣ ਤਾਂ ਪਤੰਗਾਂ ਬਣੀਆਂ ਬਣਾਤੀਆਂ ਮਿਲਦੀਆਂ ਨੇ, ਪਹਿਲਾਂ ਬੱਚੇ ਘਰ ਬਣਾਉਂਦੇ ਸਨ ਆਪਣੇ ਹੱਥੀਂ ਕਾਗਜ਼ ਨਾਲ, ਤੀਲੇ ਲੈ ਕੇ ਆਪ ਹੀ ਪਤੰਗਾਂ ਜਿਹੋ ਜਿਹੇ ਉਹਨਾਂ ਕੋਲ ਬਣਦੀਆਂ ਸਨ ਬਣਾ ਕੇ ਡਾਉਂਦੇ ਸਨ। ਭਗਤ ਨਾਮਦੇਵ ਜੀ ਕਹਿੰਦੇ ਨੇ ਆ ਨੀਲੇ ਕਾਗਜ਼, ਬੱਚਾ ਬਾਜ਼ਾਰ ਗਿਆ, ਉੱਥੋਂ ਕਾਗਜ਼ ਲੈ ਕੇ ਆਇਆ, ਪਤੰਗ ਤਿਆਰ ਕੀਤੀ, ਉਡਾਉਣ ਲੱਗ ਪਿਆ, ਡੋਰ ਦਾ ਪਿੰਨਾ ਮੁੱਕ ਗਿਆ। ਦੋਸਤ ਕਹਿੰਦੇ ਤੇਰੀ ਡੋਰ ਮੁੱਕ ਗਈ ਹੈ, ਕਹਿੰਦਾ ਹੋਰ ਬੰਨ ਦਿਓ। ਪਤੰਗ ਉਡਾਉਂਦਿਆਂ ਮਾਂ ਨੇ ਆਵਾਜ਼ ਮਾਰੀ, ਬੇਟਾ ਰੋਟੀ ਖਾ ਲਿਆ। ਕਹਿੰਦਾ ਮਾਂ ਪਾ ਕੇ ਰੱਖ ਦੇ, ਆਪੇ ਖਾ ਲਵਾਂਗਾ। ਗੱਲਾਂ ਮਾਂ ਨਾਲ ਵੀ ਕਰ ਰਿਹਾ, ਗੱਲਾਂ ਦੋਸਤਾਂ ਮਿੱਤਰਾਂ ਨਾਲ ਵੀ ਕਰ ਰਿਹਾ, ਪਰ ਚਿੱਤ ਕਿੱਥੇ ਉਹਦਾ? ਚਿੱਤ ਪਤੰਗ ਦੀ ਡੋਰ ਵਿੱਚ ਹੈ, ਕਿਤੇ ਕੱਟੀ ਨਾ ਜਾਏ। ਤੂੰ ਸਰਕਾਰੀ ਅਦਾਰੇ 'ਚ ਨੌਕਰੀ ਕਰਦਾ, ਤੂੰ ਖੇਤਾਂ 'ਚ ਖੇਤੀਬਾੜੀ ਕਰਦਾ, ਇਹ ਯਾਦ ਰੱਖ, ਗੱਲਾਂ ਸਾਰਿਆਂ ਨਾਲ ਚੱਲਣ, ਕਾਰ ਵਿਹਾਰ ਸਾਰਿਆਂ ਨਾਲ ਚੱਲੇ, ਪਰ ਚੀਤ ਸੋ ਡੋਰੀ ਰਾਖੀ ਵਾਲੇ, ਚਿੱਤ ਤੇਰਾ ਸੱਚ ਵੱਲ ਹੋਵੇ, ਚਿੱਤ ਵਿੱਚ ਸੱਚ ਹੋਵੇ। ਜੇ ਤੂੰ ਸਰਕਾਰੀ ਅਦਾਰੇ 'ਚ ਨੌਕਰੀ ਕਰਦਾ, ਤੂੰ ਇੱਕ ਡਾਕਟਰ ਹੈ, ਤੇਰੇ ਕੋਲ ਮਰੀਜ਼ ਆਉਂਦਾ ਹੈ, ਅਤੇ ਚੀਤ ਸੋ ਡੋਰੀ ਰਾਖੀ ਵਾਲੇ ਦਾ ਅਰਥ ਹੈ ਮਰੀਜ਼ ਨਾਲ ਵੀ ਗੱਲਾਂ ਕਰੇ, ਮਰੀਜ਼ ਦਾ ਇਲਾਜ ਵੀ ਕਰੇ, ਪਰ ਚਿੱਤ ਵਿੱਚ ਉਹ ਹੋਵੇ। ਜੇ ਚਿੱਤ ਚੀਤ ਸੋ ਡੋਰੀ ਰਾਖੀ ਵਾਲੇ ਹੋਏਗਾ ਤਾਂ ਤੂੰ ਮਰੀਜ਼ ਨਾਲ ਧੋਖਾ ਨਹੀਂ ਕਰੇਗਾ। ਜੇ ਤੂੰ ਕੋਈ ਸਰਕਾਰੀ ਅਫਸਰ ਹੈ, ਕੋਈ ਟੀਚਰ ਹੈ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇਮਾਨਦਾਰੀ ਦੀ ਕਿਰਤ ਕਰਨਾ ਹੀ ਉਸਦਾ ਨਾਮ ਜਪਣਾ ਕਿਹਾ। ਇਮਾਨਦਾਰੀ ਦੀ ਕਿਰਤ ਕਰਨਾ ਹੀ ਉਸਦਾ ਨਾਮ ਜਪਣਾ ਹੈ, ਇਮਾਨਦਾਰੀ ਨਾਲ ਜ਼ਿੰਦਗੀ ਜਿਉਣਾ ਹੀ, ਉਸ ਸੱਚ ਨੂੰ ਪਾਉਣਾ, ਉਸਦਾ ਨਾਮ 'ਤੇ ਆਉਣਾ ਹੈ। ਇੱਥੇ ਚੀਤ ਸੋ ਡੋਰੀ ਰਾਖੀ ਵਾਲ ਦਾ ਅਰਥ ਹੈ ਚਿੱਤ ਵਿੱਚੋਂ ਸੱਚ ਵਸਿਆ ਹੋਵੇ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਭਾਂਡਾ ਧੋਏ ਬੈਸ ਧੂਪ ਦੇਵੋ ਤਾ ਦੁੱਧੇ ਕੋ ਜਾਓ, ਦੁੱਧ ਪਾਉਣ ਲਈ ਬਰਤਨ ਸਾਫ਼ ਕਰਨਾ ਪੈਂਦਾ ਹੈ। ਦੁੱਧ ਸਾਡੇ ਘਰਾਂ 'ਚ ਅਕਸਰ ਆਉਂਦਾ, ਦੁੱਧ ਗ੍ਰਿਸਤੀ ਦੇ ਘਰ ਵਿੱਚ ਆਉਂਦਾ ਹੈ, ਦੁੱਧ ਗ੍ਰਿਸਤੀ ਪਾਉਂਦਾ ਹੈ, ਬਰਤਨ ਸਾਫ਼ ਕਰਕੇ ਪਾਉਂਦਾ ਹੈ। ਹੁਣ ਜੇ ਬਰਤਨ ਮੈਲਾ ਹੋਵੇ ਦੁੱਧ ਖਰਾਬ ਹੋ ਜਾਏਗਾ, ਚੰਦ ਪਲਾਂ ਬਾਅਦ ਖਰਾਬ ਹੋ ਜਾਏਗਾ। ਗੁਰੂ ਨਾਨਕ ਪਿਤਾ ਮਹਾਰਾਜ ਕਹਿੰਦੇ ਸਰੀਰ ਨੂੰ ਭਾਂਡਾ ਬਣਾ, ਇਹਦੇ ਵਿੱਚ ਦੁੱਧ ਪਾਉਣਾ ਹੈ। ਕਿਹੜਾ ਦੁੱਧ? ਦੁੱਧ ਕਰਮ। ਰੋਜ਼ ਦਾ ਤੇਰਾ ਕਾਰ ਵਿਹਾਰ, ਰੋਜ਼ ਦੇ ਤੇਰੇ ਕੰਮ ਦੁੱਧ ਵਰਗੇ ਚਿੱਟੇ ਹੋ ਜਾਣ, ਸਫੇਦ ਹੋ ਜਾਣ, ਮਿਲਾਵਟ ਤੋਂ ਰਹਿਤ ਹੋ ਜਾਣ। ਸਤਿਗੁਰ ਨਾਮ ਬੁਝਾਇਆ, ਸਤਿਗੁਰ ਇਹ ਨਾਮ ਬੁਝਾਉਂਦਾ ਹੈ। ਦੂਤ ਕਰਮ, ਤੇਰੇ ਦੁੱਧ ਵਰਗੇ ਕੰਮ ਸਫੇਦ ਹੋ ਜਾਣ। ਉਹ ਜਿਹੜੀ ਫੋਟੋਆਂ ਬਣੀਆਂ ਹੋਈਆਂ, ਭਾਈ ਲਾਲੋ ਦੀ ਰੋਟੀ ਨੱਪੀ ਅਤੇ ਦੁੱਧ ਨਿਕਲਿਆ, ਮਲਕ ਭਾਗੋ ਦੀ ਰੋਟੀ ਨੱਪੜੀ ਅਤੇ ਖੂਨ ਨਿਕਲਿਆ, ਪ੍ਰਤੀਕ ਨੇ। ਪੱਗਾਂ ਵਾਲੇ ਰੋਟੀਆਂ ਨੱਪੀਆਂ, ਖੂਨ ਅਤੇ ਦੁੱਧ ਨਹੀਂ ਨਿਕਲਿਆ ਕਰਦਾ, ਪ੍ਰਤੀਕ ਨੇ। ਗੁਰੂ ਨਾਨਕ ਸਾਹਿਬ ਚਿੱਤਰਕਾਰ ਨੇ ਇੱਕ ਚਿੱਤਰ ਰਚਿਆ ਹੈ ਕਿ ਭਾਈ ਲਾਲੋ ਦੀ ਰੋਟੀ ਦੁੱਧ ਵਰਗੀ ਚਿੱਟੀ ਸੀ। ਭਾਂਡਾ ਧੋਏ ਬੈਸ ਧੂਪ ਦਿਓ ਤਾਂ ਦੁੱਧੇ ਕੋ ਜਾਵੋ, ਦੁੱਧ ਕਰਮ। ਭਾਈ ਲਾਲੋ ਦੀ ਕਿਰਤ ਦੁੱਧ ਵਰਗੀ ਚਿੱਟੀ ਸੀ ਅਤੇ ਮਲਕ ਭਾਗੋ ਦੀ ਕਮਾਈ ਖੂਨ ਨਾਲ ਲਿਬੜੀ ਹੋਈ ਸੀ। ਉਹਦੀ ਇੱਕ ਇੱਕ ਰੋਟੀ ਵਿੱਚ ਪਤਾ ਨਹੀਂ ਕਿੰਨਿਆਂ ਗਰੀਬਾਂ ਦਾ ਖੂਨ ਸੀ, ਕਿੰਨਿਆਂ ਕਿਰਤੀਆਂ ਦਾ ਖੂਨ ਉਹਨੇ ਆਪਣੇ ਘਰ ਵਿੱਚ ਬਣਾ ਕੇ ਧਰਮੀ ਬੰਦਿਆਂ ਨੂੰ ਖਵਾ ਛੱਡਿਆ, ਪਤਾ ਨਹੀਂ ਕਿੰਨਿਆਂ ਦੇ ਅੱਗੇ ਭੇਟ ਕਰ ਛੱਡਿਆ। ਹੁਣ ਗੁਰੂ ਨਾਨਕ ਪਿਤਾ ਮਹਾਰਾਜ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਦੇ ਕੋ ਜਾਵੋ। ਦਾਤਾ ਜੀ ਰੋਜ਼ ਦੇ ਕੰਮ ਦੁੱਧ ਵਰਗੇ ਚਿੱਟੇ ਸਫੇਦ। ਹੁਣ ਇਹਦੇ ਵਿੱਚੋਂ ਮੱਖਣ ਪ੍ਰਾਪਤ ਕਰ ਲਈ ਜਾਗ ਵੀ ਲਾਉਣਾ ਜ਼ਰੂਰੀ ਹੈ। ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧ ਦੇ ਕੋ ਜਾਵੋ, ਦੁੱਧ ਕਰਮ। ਫੁੱਨ ਸੁਰਤ ਸਮਾਇਣ ਚੀਰ ਸੋ ਡੋਰੀ ਰਾਖੀ ਵਾਲੇ, ਆਪਣੀ ਸੁਰਤ ਸੱਚ ਨਾਲ ਜੋੜ ਕੇ ਰੱਖਣਾ, ਇਸ ਕਿਰਤ ਨੂੰ ਜਾਗ ਲਾਉਣਾ ਹੈ। ਅਤੇ ਭਾਗਾਂ ਵਾਲਿਓ, ਜਦੋਂ ਦਹੀਂ ਜਮਾਇਆ ਜਾਂਦਾ ਹੈ, ਜੇ ਅਣਜਾਣ ਸਵਾਣੀ ਜਾਂ ਅਣਜਾਣ ਵਿਅਕਤੀ ਜਾਗ ਲਾਏ, ਜੇ ਖੱਟਾ ਵੱਧ ਲੱਗ ਜਾਏ ਤਾਂ ਦਹੀਂ ਤਾਂ ਵੀ ਖੱਟਾ ਬਣਦਾ ਹੈ।
ਜੇ ਖੱਟਾ ਵੱਧ ਲੱਗ ਜਾਏ, ਜਾਗ ਵੱਧ ਲੱਗ ਜਾਏ, ਜ਼ਿਆਦਾ ਮਿਕਦਾਰ ਵਿੱਚ ਖੱਟਾ ਲਾ ਪਈਏ ਤਾਂ ਦਹੀਂ ਖੱਟਾ ਬਣਦਾ, ਜੇ ਘੱਟ ਲੱਗੇ ਕਈ ਵਾਰੀ ਪਤਲਾ ਬਣਦਾ, ਫੁੱਟੀਆਂ ਵੱਖਰੀਆਂ ਤੁਰੀਆਂ ਫਿਰਦੀਆਂ ਨੇ। ਜੇ ਚਾਹੁੰਦਾ ਹੈ ਕਿ ਬਰਫੀ ਦੀ ਤਰ੍ਹਾਂ ਪੀਸ ਬਣ ਦਈਂ ਦੇ ਐਂ ਇੱਕ ਸਾਰ ਜੰਮਿਆ ਹੋਵੇ ਤਾਂ ਕਿਸੇ ਸਿਆਣੇ ਨੂੰ ਪੁੱਛ ਕੇ ਜਾਗ ਲਾਈ। ਜੇ ਜਾਗ ਲਾਉਣ ਵਿੱਚ ਕੁਤਾਹੀ ਹੋ ਗਈ, ਇਸ ਦੁੱਧ ਰੂਪੀ ਚਿੱਟੀ ਕਮਾਈ ਨੂੰ ਜਾਗ ਲਾਉਣਾ ਕੀ ਹੈ? ਫੁੱਲ ਸੁਰਤ ਸਮਾਇਣ, ਤੇਰੀ ਸੁਰਤ ਸੱਚ ਨਾਲ ਜੁੜੀ ਹੋਵੇ, ਚੀਤ ਸੋ ਡੋਰੀ ਰਾਖੀ ਵਾਲੇ, ਇਹ ਤੇਰੀ ਕਿਰਤ ਰੂਪੀ ਦੁੱਧ ਨੂੰ ਜਾਗ ਲਾਉਣਾ। ਅਤੇ ਜੇ ਸੁਰਤ ਵਿੱਚ ਮਿਲਾਵਟ ਹੋਈ, ਯਾਦ ਰੱਖੀ, ਦੁੱਧ ਨੂੰ ਜਾਗ ਐਸੀ ਲੱਗੇਗੀ, ਵੇਖਣ ਨੂੰ ਤਾਂ ਚੰਗਾ ਲੱਗੇਗਾ ਪਰ ਖਾਣ ਦੇ ਕੰਮ ਨਹੀਂ ਆਏਗਾ, ਖੱਟਾ ਹੋ ਜਾਣਾ ਹੈ ਨਾ, ਵੇਖਣ ਨੂੰ ਤਾਂ ਬਹੁਤ ਵਧੀਆ ਲੱਗੇਗਾ। ਚੀਤ ਸੋ ਡੋਰੀ ਰਾਖੀ ਵਾਲੇ, ਫੁੱਲ ਸੁਰਤ ਸਮਾਇਣ, ਹੋਏ ਨਿਰਾਸ ਜਮਾਵੋ, ਇੱਕ ਗੱਲ ਹੋਰ, ਦੁੱਧ ਨੂੰ ਜਾਗ ਲਾ ਦਿਓ ਅਤੇ ਜਾਗ ਲਾਉਣ ਤੋਂ ਬਾਅਦ ਸਾਰੀ ਰਾਤ ਲਾਈ ਜਾਓ, ਉਹਨੂੰ ਹਿਲਾਈ ਜਾਓ, ਤਾਂ ਵੀ ਦਹੀਂ ਨਹੀਂ ਬਣਨਾ। ਦੁੱਧ ਨੂੰ ਜਾਗ ਲਾਉਣ ਤੋਂ ਬਾਅਦ ਉਹਨੂੰ ਟਿਕਾ ਚਾਹੀਦਾ। ਤੁਸੀਂ ਕਈ ਵਾਰ ਵੇਖਣਾ ਜਦੋਂ ਦੁੱਧ ਨੂੰ ਜਾਗ ਲਾਈ ਦੀ ਹੈ, ਮੁੜ ਕੇ ਉਹਨੂੰ ਟਿਕਾ ਚਾਹੀਦਾ, ਟਿਕਾ ਹੋਏਗਾ ਤਾਂ ਪੀਸ ਬਣਨਗੇ ਨਾ, ਜੰਮੇਗਾ। ਸਤਿਗੁਰੂ ਜੀ ਕਹਿੰਦੇ ਦੁੱਧ ਵਰਗੀ ਕਮਾਈ ਚਿੱਟੀ ਸੱਚ ਨਾਲ ਜੁੜ ਕੇ ਉਸ ਕਮਾਈ ਨੂੰ ਤੂੰ ਆਪਣੇ ਘਰ ਲੈ ਕੇ ਆਇਆ। ਜੇ ਟਿਕਾ ਨਹੀਂ ਆਇਆ ਜੀਵਨ 'ਚ, ਇੱਕ ਦਰਦਾ ਨਹੀਂ ਹੋਇਆ, ਦਹੀਂ ਨਹੀਂ ਬਣੇਗਾ, ਭਟਕਦਾ ਰਿਹਾ, ਕਦੀ ਉੱਥੇ ਚਲਾ ਗਿਆ, ਕਦੀ ਉੱਥੇ ਚਲਾ ਗਿਆ, ਜਿਹਨੇ ਦੱਸਿਆ ਇੱਥੋਂ ਕਿ ਮਿਲਣਾ ਹੋਰ ਥਾਂ ਚੱਲ, ਇਹ ਦੁੱਧ ਲਾਉਣਾ ਹੈ, ਕਿਸੇ ਨੇ ਆਖਿਆ ਇੱਥੋਂ ਨਹੀਂ ਮਿਲਣਾ, ਤੂੰ ਨਿਰਾਸ਼ ਹੋ ਗਿਆ ਨਾ। ਕਈ ਵਾਰੀ ਐਸਾ ਵੀ ਹੁੰਦਾ ਹੈ, ਕਈਆਂ ਬੰਦਿਆਂ ਦਾ ਸੰਸਾਰ 'ਤੇ ਲੋਕਾਂ 'ਚ ਪ੍ਰਭਾਵ ਹੁੰਦਾ ਹੈ, ਉਹ ਦਿਨ ਵੇਲੇ 'ਤੇ ਕਿਸੇ ਕੋਲ ਜਾ ਨਹੀਂ ਸਕਦੇ ਕਿਉਂਕਿ ਪਬਲਿਕ 'ਚ ਆ ਜਾਣਾ ਹੈ ਕਿ ਇੱਕ ਗੁਰੂ ਨੂੰ ਛੱਡ ਕੇ ਹੋਰ ਕਿਤੇ ਚਲਾ ਗਿਆ। ਉਹ ਫਿਰ ਹੁਣ ਜਿਹੜੇ ਉਹਨਾਂ ਦੇ ਪੈਰੋਕਾਰ ਹੁੰਦੇ ਉਹ ਰਾਹ ਲੱਭਦੇ, ਕਹਿੰਦੇ ਕੀ ਲੋੜ ਹੈ ਦਿਨੇ ਜਾਣ ਦੀ, ਦਿਨੇ ਪਤਾ ਲੱਗ ਜਾਣਾ, ਰਾਤ ਨੂੰ ਲੈ ਜਾਵਾਂਗੇ ਗੱਡੀ 'ਚ, ਕਾਲਿਆਂ ਸੀਸਿਆਂ ਵਾਲੀ ਗੱਡੀ ਹੈ, ਆਪਣੀ ਕਾਰ 'ਚ ਬਿਠਾ ਕੇ ਲੈ ਕੇ ਜਾਵਾਂਗਾ, ਪਤਾ ਵੀ ਨਹੀਂ ਲੱਗਣ ਦੇਣਾ ਤੈਨੂੰ, ਚੋਰੀ ਰਾਹ ਲੈ ਕੇ ਜਾਵਾਂਗਾ, ਚੋਰੀ ਬਾਹਰ ਲੈ ਕੇ ਆਵਾਂਗਾ, ਪਤਾ ਨਹੀਂ ਲੱਗਣ ਦੇਣਾ ਕਿਸ ਤੋਂ ਛਪਾਉਣਾ ਹੈ। ਬੜੇ ਸੰਸਾਰ 'ਤੇ ਐਸੇ ਵਿਅਕਤੀ ਵੇਖੇ ਨੇ ਜਿਹੜੇ ਚੋਰੀ ਰਸਤੇ ਗੁਰੂ ਨੂੰ ਛੱਡ ਕੇ ਹੋਰ ਕਿਤੇ ਬਾਹਰੋਂ ਭਟਕ ਭੁਟ ਕੇ ਫਿਰ ਵਾਪਸ ਆ ਜਾਂਦੇ ਨੇ। ਉਹ ਵਿਦਵਾਨ ਨੇ ਬੜਾ ਪਿਆਰਾ ਖਿਆਲ ਦਿੱਤਾ, ਕਹਿੰਦੇ ਭੌਰਾ ਅਤੇ ਭੂੰਡ ਦੋਵੇਂ ਇੱਕੋ ਜਿਹੇ ਹੁੰਦੇ ਨੇ, ਕਦੀ ਭੌਰੇ ਅਤੇ ਭੂੰਡ ਦੀ ਸ਼ਕਲ ਵੇਖਣਾ, ਰੰਗ ਦੋਵਾਂ ਦੇ ਕਾਲੇ, ਗੁਰਮੁਖ ਅਤੇ ਮਨਮੁਖ ਵੇਖਣ ਨੂੰ ਦੋਵੇਂ ਬਰਾਬਰ ਲੱਗਦੇ ਨੇ, ਨੈਣ ਨਕਸ਼ ਇੱਕੋ ਜਿਹੇ, ਅੱਖਾਂ ਇੱਕੋ ਜਿਹੀਆਂ, ਨੱਕ ਇੱਕੋ ਜਿਹਾ, ਮੱਥਾ ਇੱਕੋ ਜਿਹਾ, ਵੇਖਣ ਨੂੰ ਇੱਕੋ ਜਿਹੇ, ਭੌਰਾ ਅਤੇ ਭੂੰਡ ਵੇਖਣ ਨੂੰ ਇੱਕੋ ਜਿਹੇ ਲੱਗਦੇ ਨੇ। ਅਤੇ ਕਿਸੇ ਨੇ ਪੁੱਛਿਆ ਫਿਰ ਪਛਾਣ ਕਿਵੇਂ ਕਰੀਏ, ਭੌਰਾ ਕਿਹੜਾ ਅਤੇ ਭੂੰਡ ਕਿਹੜਾ ਹੈ ਅਤੇ ਇੱਕੋ ਜਿਹੇ? ਭੌਰੇ ਅਤੇ ਭੂੰਡ ਦੀ ਇੱਕੋ ਜਿਹੀ ਗੂੰਜ, ਗੂੰਜ ਵੀ ਇੱਕੋ ਜਿਹੀ, ਦੋਵੇਂ ਇੱਕੋ ਜਿਹਾ ਗੂੰਜਦੇ ਨੇ, ਕਿਵੇਂ ਪਤਾ ਲੱਗੇ? ਰੰਗ ਵੀ ਇੱਕੋ ਜਿਹਾ, ਇੱਕੋ ਜਿਹਾ ਕਲਰ ਉਹਨਾਂ ਦਾ, ਇੱਕੋ ਜਿਹੀ ਗੂੰਜ, ਪਛਾਣੀਏ ਕਿਵੇਂ? ਗੁਰਮੁਖ ਅਤੇ ਮਨਮੁਖ ਪਛਾਣੀਏ ਕਿਵੇਂ? ਪਤਾ ਕਿਵੇਂ ਲੱਗੇ ਇਹ ਗੁਰਮੁਖ ਹੈ ਮਨਮੁਖ ਹੈ? ਕਹਿੰਦੇ ਭੌਰੇ ਅਤੇ ਭੂੰਡ ਦੀ ਇੱਕੋ ਜਿਹੀ ਗੂੰਜ, ਕੰਮੀ ਪਿਆ ਪਛਾਣੀਏ ਉਹ ਭੌਰਾ ਉਹ ਭੂੰਡ। ਕਹਿੰਦੇ ਕੰਮ ਤੋਂ ਪਛਾਣ ਲਿਓ, ਭੌਰੇ ਨੇ ਫੁੱਲ ਦੀ ਮੁਕਰੰਦ 'ਤੇ ਬਹਿਣਾ ਅਤੇ ਭੂੰਡ ਨੇ ਗੰਦਗੀ ਦੇ ਢੇਰ 'ਤੇ ਬਹਿਣਾ। ਕੰਮ ਤੋਂ ਪਤਾ ਲੱਗ ਜਾਏਗਾ ਨਾ, ਕੰਮਾਂ ਤੋਂ ਆਪਣੇ ਆਪ ਨਿਗੇੜਾ ਹੋ ਜਾਣਾ। ਭਾਵੇਂ ਕਈ ਵਾਰੀ ਭੂੰਡ ਵੀ ਕਵੇ, ਮੈਂ ਵੀ ਭੌਰਾ, ਵੇਖਣ ਵਾਲਿਆ ਪਰਖ ਜ਼ਰੂਰ ਕਰੀ, ਜੇ ਤਾਂ ਇੱਕ ਮੁਕਰੰਦ 'ਤੇ ਬਵੇਗਾ ਫਿਰ ਭੌਰਾ ਏ। ਜੇ ਤੈਨੂੰ ਕੋਈ ਕਹਿ ਰਿਹਾ ਨਾ ਮੈਂ ਵੀ ਭੌਰਾ ਵਾਂ, ਜਦੋਂ ਗੁਰੂ ਸ਼ਬਦ ਰੂਪੀ ਮਕਰੰਦ 'ਤੇ ਬੈਠ ਕੇ ਚੋਂ ਰਸ ਚੂਸੇਗਾ, ਆਪਣੇ ਆਪ ਪਤਾ ਲੱਗ ਜਾਏਗਾ ਅਸਲ ਵਿੱਚ ਭੌਰਾ ਇਹ ਹੈ। ਕਿਉਂਕਿ ਭੂੰਡ ਕੋਲ ਤਾਂ ਉਹ ਸਮਾਨ ਹੀ ਹੈ ਨਹੀਂ ਜਿਹਦੇ ਨਾਲ ਸੁਗੰਧੀ ਲੈ ਸਕੇ, ਉਹ ਤਾਂ ਕੇਵਲ ਭੌਰੇ ਕੋਲ ਹੀ ਹੈ। ਉਹ ਸੁਗੰਧੀ ਲੈਣ ਦੀ ਤਾਕਤ, ਉਹ ਨਾਸਾਂ, ਉਹ ਜੋ ਕੁਦਰਤ ਵੱਲੋਂ ਉਹਨੂੰ ਦਾਤ ਮਿਲੀ, ਉਹ ਭੌਰੇ ਕੋਲ ਹੈ। ਉਹ ਕੰਮੀ ਪਿਆ ਪਛਾਣੀਏ ਉਹ ਭੌਰਾ ਉਹ ਭੂੰਡ। ਇਸ ਕਰਕੇ ਭਾਂਡਾ ਧੋਏ ਬੈਸ ਧੂਪ ਦੇਵੋ ਤਾਂ ਦੁੱਧੇ ਕੋ ਜਾਵੋ। ਦੁੱਧ ਕਰਮ ਫੁੱਲ ਸੁਰਤ ਸਮਾਇਣ, ਸੁਰਤ ਸੱਚ ਨਾਲ ਜੁੜੀ ਹੋਵੇ ਦੁੱਧ ਨੂੰ ਜਾਗ ਲਾਉਣਾ। ਹੋਏ ਨਿਰਾਸ਼, ਪਰਿਵਾਰ ਨਹੀਂ ਛੱਡਣਾ, ਬੱਚੇ ਨਹੀਂ ਛੱਡਣੇ, ਪਰਿਵਾਰ ਵਿੱਚ ਰਹਿ ਕੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾ ਕੇ ਹੋਏ ਨਿਰਾਸ਼ ਜਮਾਵੋ, ਜਪੋ ਤਾਂ ਇੱਕੋ ਨਾਮਾ, ਜਪੋ ਤਾਂ ਇੱਕੋ ਨਾਮਾ, ਇੱਕ ਨਾਮ ਨੂੰ ਜਪ, ਇੱਕ ਨਾਲ ਜੁੜ, ਇੱਕ ਦੇ ਗੁਣ ਆਪਣੇ ਜੀਵਨ 'ਚ ਧਾਰਨ ਕਰ। ਜਪੋ ਤਾਂ ਇੱਕੋ ਨਾਮਾ ਅਵਰ ਨਿਰਾਫਲ ਕੰਮ। ਕਈ ਵਾਰੀ ਇਹ ਅਵਰ ਨਿਰਾਫਲ ਕੰਮ ਆ ਸਾਨੂੰ ਇੰਝ ਲੱਗਦੇ ਆ ਵੀ ਗੁਰੂ ਸਾਹਿਬ ਜੀ ਕਹਿੰਦੇ ਬਾਕੀ ਕੰਮ ਤੇਰੇ ਕੰਮ ਨਹੀਂ ਆਉਣੇ, ਜਿਵੇਂ ਦੁਕਾਨ ਕਰਨੀ, ਖੇਤੀ ਕਰਨੀ, ਬਿਜ਼ਨਸ ਕਰਨਾ, ਕਾਰਖਾਨੇ ਚਲਾਉਣੇ, ਇਹ ਕੰਮ ਨਹੀਂ ਨਹੀਂ, ਇਹਨਾਂ ਕੰਮਾਂ ਦੀ ਗੱਲ ਨਹੀਂ ਹੋ ਰਹੀ। ਸਤਿਗੁਰੂ ਜੀ ਕਹਿੰਦੇ ਜੇ ਇਹ ਕੰਮ ਨਹੀਂ ਕਰੇਗਾ ਤਾਂ ਸੰਸਾਰ 'ਤੇ ਰੋਟੀ ਕਿਵੇਂ ਖਾਏਗਾ?
ਤੈਨੂੰ ਮੈਂ ਵਾਹੀ ਕਰਨ ਤੋਂ ਨਹੀਂ ਰੋਕਦਾ, ਦੁਕਾਨ ਕਰਨ ਤੋਂ ਨਹੀਂ ਰੋਕਦਾ, ਖੇਤੀ ਕਰਨ ਤੋਂ ਨਹੀਂ ਰੋਕਦਾ, ਨੌਕਰੀ ਕਰ, ਇਹ ਅਵਰ ਨਿਰਾਫਲ ਕਾਮਾ ਨੌਕਰੀ ਦੁਕਾਨ ਧੰਦਾ ਨਹੀਂ, ਇੱਥੇ ਅਵਰ ਨਿਰਾਫਲ ਕਾਮਾ ਹੈ ਜਪ ਕਰਨੇ, ਤਪ ਕਰਨੇ, ਚਲੀਏ ਕਰਨੇ, ਗਿਣਤੀਆਂ ਕਰਨੀਆਂ, ਮੌਨ ਵਰਤ ਧਾਰਨ ਕਰਨੇ, ਤੀਰਥਾਂ 'ਤੇ ਨਹਾ ਕੇ ਸੋਚ ਲੈਣਾ ਮੈਂ ਮੁਕਤ ਹੋ ਜਾਵਾਂਗਾ, ਇਹ ਅਵਰ ਨਿਰਾਫਲ ਕਾਮਾ ਹੈ ਕਿ ਜਿਹੜੇ ਤੂੰ ਸੱਚ ਨੂੰ, ਸੱਚ ਦੇ ਗੁਣ ਧਾਰਨ ਕਰਨ ਤੋਂ ਬਿਨਾਂ ਹੋਰ ਹੋਰ ਗੁਣ ਧਾਰਨ ਕਰੀ ਫਿਰਦਾ ਹੈ। ਮਾਲਕ ਦੇ ਦਰ 'ਤੇ ਅਸਲੀ ਗੁਣ ਧਾਰਨ ਹੀ ਕਰਦਾ ਜਿਹਦੇ ਨਾਲ ਤੂੰ ਪ੍ਰਵਾਨ ਹੋ ਸਕੇ। ਅਵਰ ਨਿਰਾਫਲ ਕੰਮ ਆ, ਉਹ ਕੰਮ ਨਿਰਾਫਲ ਨੇ, ਨਿਫਲ ਨੇ, ਵੀ ਕਿਸੇ ਸਾਲ ਛਿਆਂ ਮਹੀਨਿਆਂ ਬਾਅਦ, ਕਿਤੇ ਮਹੀਨੇ ਬਾਅਦ, ਕਿਸੇ ਇੱਕ ਦਿਨ ਨੂੰ ਮਿੱਥ ਕੇ ਗੁਰੂ ਕੋਲ ਆ ਜਾਣਾ, ਸੋਚਿਆ ਵੀ ਸ਼ਾਇਦ ਇਹਦੇ ਨਾਲ ਗੱਲ ਬਣ ਜਾਏਗੀ, ਕਿਤੇ ਮੱਸਿਆ ਦਾ ਇਸ਼ਨਾਨ ਕਰ ਲੈਣਾ, ਕਿਤੇ ਪੂਰਨਮਾਸ਼ੀ ਦਾ ਇਸ਼ਨਾਨ ਕਰ ਲੈਣਾ, ਕਿਤੇ ਸੰਗਰਾਂਦ ਦਾ ਇਸ਼ਨਾਨ ਕਰ ਲੈਣਾ, ਸੰਗਰਾਂਦ ਵਾਲੇ ਦਿਨ ਗੁਰਦੁਆਰੇ ਆ ਜਾਣਾ, ਸ਼ਾਇਦ ਕਿਤੇ ਇੱਦਾਂ ਗੱਲ ਬਣ ਜਾਏ। ਇੱਦਾਂ ਗੱਲ ਨਹੀਂ ਬਣਨੀ। ਜਪੋ ਤਾਂ ਇੱਕੋ ਨਾਮਾ, ਇੱਕ ਨਾਮ ਦਾ ਅਰਥ ਉਹਦੇ ਗੁਣ ਧਾਰਨ ਕਰ। ਬੜੀ ਪਿਆਰੀ ਬਾਤ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੌੜੀ ਕੀ ਰਾਗ, ਗੌੜੀ ਕੀ ਵਾਰ ਅੰਦਰ ਵਿਚਾਰ ਬਖਸ਼ਿਸ਼ ਕੀਤੀ ਹੈ। ਭਾਗਾਂ ਵਾਲੇ ਜਦੋਂ ਨਾਮ ਦੀ ਗੱਲ ਆਉਂਦੀ ਹੈ ਨਾ, ਭੁਲੇਖਾ ਪੈਂਦਾ ਕਈ ਵਾਰ, ਇੱਕ ਸ਼ਬਦ ਨੂੰ ਲੈ ਕੇ ਨਾਮ ਜਪਣਾ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਬਚਨ ਤੁਹਾਡੇ ਨਾਲ ਸਾਂਝਾ ਕਰਾਂ। ਮਹਾਰਾਜ ਕਹਿੰਦੇ ਪੌਣ, ਹੁਣ ਗਿਣੀ ਜਾਇਓ ਨਾਲ ਨਾਲ, ਗੁਰਦੇਵ ਜੀ ਨੇ ਕੋਈ ਭੁਲੇਖਾ ਰਹਿਣ ਦਿੱਤਾ ਹੈ। ਪੌਣ ਪਾਣੀ ਬੈ ਸੰਤਰੋ ਹੁਕਮ ਕਰੈ ਭਗਤੀ, ਲਫਜ ਵਰਤਿਆ ਭਗਤੀ। ਸਤਿਗੁਰੂ ਜੀ ਕਹਿੰਦੇ ਹਵਾ ਵੀ ਭਗਤੀ ਕਰ ਰਹੀ ਹੈ, ਪਾਣੀ ਵੀ ਭਗਤੀ ਕਰ ਰਿਹਾ ਹੈ, ਅਤੇ ਅੱਗ ਵੀ ਭਗਤੀ ਕਰ ਰਹੀ ਹੈ। ਅੱਜ ਤੱਕ ਕਿਸੇ ਨੇ ਭਗਤੀ ਕਿਹਦੀ ਕਰ ਰਹੀ? ਰੱਬ ਦੀ। ਅੱਜ ਤੱਕ ਕਿਸੇ ਨੇ ਹਵਾ ਨੂੰ ਰੱਬ ਦਾ ਨਾਮ ਲੈਂਦੇ ਵੇਖਿਆ? ਕਦੀ ਪਾਣੀ ਨੂੰ ਪਰਮਾਤਮਾ ਦਾ ਨਾਮ ਲੈਂਦੇ ਵੇਖਿਆ? ਅੱਗ ਨੂੰ ਪਰਮਾਤਮਾ ਦਾ ਨਾਮ ਲੈਂਦੇ ਵੇਖਿਆ? ਪਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ, ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਤਿੰਨੇ ਭਗਤੀ ਕਰ ਰਹੇ ਨੇ, ਤਿੰਨੇ ਉਹਦਾ ਨਾਮ ਜਪ ਰਹੇ ਨੇ। ਕਿਵੇਂ ਨਾਮ ਜਪ ਰਹੇ ਨੇ? ਹਵਾ ਸਾਨੂੰ ਆਕਸੀਜਨ ਦਿੰਦੀ ਹੈ, ਜਿਉਂਦਿਆਂ ਰੱਖਦੀ ਹੈ। ਹਵਾ ਤੋਂ ਸਰੀਰ ਬਣਿਆ ਹੈ, ਸਵਾਸ ਚੱਲੇ ਨੇ ਸਾਡੇ। ਜੇ ਹਵਾ ਭਲਾ ਕਵੇ ਵੀ ਇੰਨੇ ਸਾਲ ਹੋ ਗਏ, ਇੰਨੀਆਂ ਸਦੀਆਂ ਹੋ ਗਈਆਂ, ਮੈਨੂੰ ਤੁਹਾਡੇ ਹੁਕਮ 'ਚ ਤਰਦਿਆਂ ਮੈਂ 5 ਕੁ ਮਿੰਟ ਰੈਸਟ ਕਰ ਲਾਂ, 5 ਕੁ ਮਿੰਟ ਮੈਨੂੰ ਸਾਹ ਲੈਣ ਦਿਓ, ਮੈਂ ਬੜਾ ਸਦੀਆਂ ਹੋ ਗਈਆਂ ਮੈਨੂੰ ਨਾਮ ਜਪਦੇ ਆ, ਭਲਾ ਕੀ ਹੋਏਗਾ ਜੇ 5 ਮਿੰਟ ਹਵਾ ਰੁਕ ਜਾਏ, ਆਕਸੀਜਨ ਰੁਕ ਜਾਏ, ਕੀ ਹੋਏਗਾ ਭਲਾ? ਦੁਨੀਆਂ 'ਤੇ ਤਬਾਹੀ ਮੱਚ ਜਾਏਗੀ। ਤੁਰਦਿਆਂ ਫਿਰਦਿਆਂ ਮਨੁੱਖਾਂ ਕੋਲੋਂ ਬਦਬੂ ਆਉਣ ਲੱਗ ਪਏਗੀ, ਲਾਸ਼ਾਂ ਦੇ ਢੇਰ ਲੱਗ ਜਾਣਗੇ ਜੇ ਹਵਾ ਨਾ ਮਿਲੀ ਤਾਂ। ਹਵਾ ਦਾ ਮਨੁੱਖਤਾ ਨੂੰ ਜਿਉਂਦੇ ਰੱਖਣਾ ਉਹਦਾ ਨਾਮ ਜਪਣਾ ਹੈ। ਪਰ ਹਵਾ ਕਦੀ ਦਾਅਵਾ ਨਹੀਂ ਕਰਦੀ ਮੈਂ ਨਾਮ ਜਪਦੀ ਹਾਂ, ਬੰਦਾ ਹੀ ਦਾਅਵਾ ਕਰਦਾ, ਮਨੁੱਖ ਦਾਅਵਾ ਕਰਦਾ, ਹਵਾ ਥੋੜ੍ਹਾ ਦਾਅਵਾ ਕਰਦੀ। ਪਾਣੀ ਉਹਦਾ ਨਾਮ ਜਪ ਰਿਹਾ ਹੈ, ਪਾਣੀ ਉਸ ਦੀ ਬੰਦਗੀ ਕਰ ਰਿਹਾ। ਕਿਵੇਂ? ਇਸ ਪਾਣੀ 'ਤੇ ਜਿਨ ਤੂੰ ਘਰਿਆ, ਪਾਣੀ ਤੋਂ ਸਰੀਰ ਬਣਿਆ। ਕਾਚ ਕੋਟੰਗ ਰਚੰਤ ਤੋਇੰਗ, ਇਹ ਕੱਚਾ ਕਿਲਾ ਤੋਇੰਗ ਤੋਂ ਬਣਿਆ, ਪਾਣੀ ਤੋਂ ਬਣਿਆ। ਕਾਚ ਕੋਟੰਗ ਰਚੰਤ ਤੋਇੰਗ, ਲੇਪਨੰਗ ਰਖਤ ਚਰਮਣ ਹੈ ਨਵੰਗ ਤਾਂ ਦੁਆਰੰਗ, ਇਹ 9 ਦਰਵਾਜ਼ੇ ਨੇ ਇਸਦੇ। ਬਾਏ ਰੂਪੰਗ ਅਸਥੰਭ ਨੇ, ਹਵਾ ਨੇ ਥੰਭ ਦਿੱਤਾ ਹੋਇਆ, ਹਵਾ ਨੇ ਇਸ ਢਾਂਚੇ ਨੂੰ ਖਿਲਾਰਿਆ ਹੋਇਆ ਹੈ, ਅਤੇ ਪਾਣੀ ਇਸ ਨੂੰ ਜਿਉਂਦਾ ਰੱਖਦਾ। ਕਦੀ ਵੇਖਣਾ, ਆ ਜਿਹੜੇ ਮਰਨ ਵਰਤ ਵੀ ਰੱਖਦੇ ਨੇ, ਪਾਣੀ ਨਹੀਂ ਛੱਡਦੇ। ਉਹ ਰੋਟੀ ਦਾ ਹੁੰਦਾ ਮਰਨ ਵਰਤ ਵੀ, ਇੰਨੇ ਦਿਨ ਰੋਟੀ ਨਹੀਂ ਖਾਣੀ, ਪਾਣੀ ਤੋਂ ਬਿਨਾਂ ਤਾਂ ਜਿਉਂਦੇ ਨਹੀਂ ਰਹਿ ਸਕਦੇ। 4 ਬੰਦੇ ਨੂੰ ਦਸਤ ਲੱਗ ਜਾਣ ਤਾਂ ਡਾਕਟਰ ਕਹਿੰਦਾ ਦਵਾ ਦਵਾ ਇਹਨੂੰ ਗਲੂਕੋਸ਼ ਲਾਓ, ਇਹਦਾ ਪਾਣੀ ਘੱਟ ਗਿਆ। ਪਾਣੀ ਜਿਉਂਦਿਆਂ ਰੱਖ ਰਿਹਾ, ਪਾਣੀ ਨਾਲ ਫਸਲ ਤਿਆਰ ਹੁੰਦੀ ਹੈ, ਪਾਣੀ ਦੇ ਪਾਣੀ ਭੋਜਨ ਬਣਦਾ, ਉਹਦੇ ਵਿੱਚ ਪਾਣੀ ਪੈਂਦਾ, ਪਾਣੀ ਜਿਉਂਦਾ ਰੱਖ ਰਿਹਾ, ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੇ। ਕਹਿਣ ਲੱਗੇ ਪਾਣੀ ਨਿਯਮ ਵਿੱਚ ਤੁਰ ਕੇ ਤੈਨੂੰ ਜੀਵਨ ਦੇ ਰਿਹਾ, ਇਹੋ ਉਸਦਾ ਨਾਮ ਜਪਣਾ ਹੈ। ਅੱਗ ਹੀਟ ਇਹ ਵੀ ਜਿਉਂਦਿਆਂ ਰੱਖਦੀ ਹੈ ਸਾਨੂੰ, ਜਿਵੇਂ ਮਾਤਾ ਦੇ ਗਰਭ ਵਿੱਚ ਜਠਨ ਅਗਨੀ ਹੈ, ਮਨੁੱਖ ਨਾਰ ਅੰਦਰ ਵੀ ਹੈ, ਮਾਦਾ ਅੰਦਰ ਵੀ ਹੈ, ਹੀਟ ਹੈ ਅਤੇ ਅੰਦਰ ਖਾਣਾ ਪਚਦਾ ਹੈ। ਜਦੋਂ ਮਨੁੱਖ ਡੈੱਡ ਹੁੰਦਾ ਕਹਿੰਦੇ ਠੰਡਾ ਹੋ ਗਿਆ ਮਨੁੱਖ, ਅੰਦਰ ਦੀ ਹੀਟ ਮੁੱਕ ਗਈ, ਠੰਡਾ ਹੋ ਗਿਆ। ਕਦੀ ਵੇਖਣਾ ਸਰਦੀਆਂ 'ਚ ਅੰਦਰੋਂ ਗਰਮ ਹਵਾ ਸਾਨੂੰ ਆਮ ਦਿਸਦੀ ਹੈ, ਕਿਉਂ? ਗਰਮੀਆਂ 'ਚ ਕਿਉਂ ਨਹੀਂ ਦਿਸਦੀ? ਕਿਉਂਕਿ ਬਾਹਰ ਦਾ ਟੈਂਪਰੇਚਰ ਹੀ ਓਨਾ ਹੀ ਗਰਮ ਹੁੰਦਾ ਹੈ, ਦਿਖਾਈ ਨਹੀਂ ਦਿੰਦੀ। ਸਰਦੀਆਂ 'ਚ ਹਵਾੜ ਆਮ ਦਿਸਦੀ ਹੈ ਸਾਨੂੰ, ਹੀਟ ਹੈ ਨਾ ਅੰਦਰ, ਅੰਦਰ ਗਰਮ ਹੈ ਨਾ, ਇਹ ਗਰਮੈਸ਼ ਹੈ। ਉਹ ਕਾਰਖਾਨਿਆਂ ਵਿੱਚ ਅੱਗ ਬਲਦੀ ਹੈ, ਕਈ ਮਜ਼ਦੂਰਾਂ ਦੇ ਘਰਾਂ 'ਚ ਰੋਟੀ ਪੱਕਦੀ ਹੈ, ਖਾਣਾ ਅੱਗ 'ਤੇ ਪੱਕਦਾ ਹੈ। ਅੱਗ, ਪਾਣੀ, ਹਵਾ, ਇਹ ਤੱਤ
ਪਰਮਾਤਮਾ ਦੀ ਬੰਦਗੀ ਕਰ ਰਹੇ ਨੇ ਪਰ ਦਾਵਾ ਨਹੀਂ ਕਰਦੇ। ਸਤਿਗੁਰ ਨੇ ਬਾਣੀ 'ਚ ਲਿਖਿਆ, ਗਾਵੇਂ ਤੁਧਨੋ ਪੌਣ ਪਾਣੀ ਬੈ ਸੰਤਰ, ਗਾਵੇਂ ਗਾ ਰਹੇ ਨੇ ਤੈਨੂੰ, ਅਤੇ ਗਾਉਣ ਲਈ ਤਾਂ ਜ਼ੁਬਾਨ ਹੋਣਾ ਜ਼ਰੂਰੀ ਹੈ, ਗਾਉਣ ਲਈ ਤਾਂ ਜ਼ੁਬਾਨ ਨਾਲ ਹੀ ਗਾਇਆ ਜਾਏਗਾ ਨਾ। ਹੁਣ ਸਤਿਗੁਰ ਨੇ ਜੋ ਖਿਆਲ ਦਿੱਤੇ ਨੇ ਭਾਗਾਂ ਵਾਲੇ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿੱਚ ਪਵਿੱਤਰ ਸੋਚ ਲੈ ਕੇ, ਵੀ ਕੋਈ ਛਲ ਨਾ ਹੋਵੇ, ਕੋਈ ਕਪਟ ਨਾ ਹੋਵੇ, ਸੋਚਾਂਗੇ ਅਤੇ ਬਹੁਤ ਵਧੀਆ ਗੁਰਬਾਣੀ ਮੁਤਾਬਕ ਜ਼ਿੰਦਗੀ ਜਿਉਣਾ ਹੀ ਉਸ ਨਿਰੰਕਾਰ ਦਾ ਨਾਮ ਜਪਣਾ ਹੈ। ਤੂੰ ਤੁਰਿਆ ਜਾਂਦਾ ਹੋਵੇਂ, ਤੇਰੇ ਵਿੱਚੋਂ ਗੁਰੂ ਨਾਨਕ ਦੀ ਝਲਕ ਪਵੇ ਮਨੁੱਖ ਨੂੰ, ਵੀ ਜਿਹੜੇ ਗੁਣ ਗੁਰੂ ਨਾਨਕ 'ਚ ਉਹ ਮੈਂ ਸਿੱਖ 'ਚ ਵੇਖੇ ਨੇ। ਤਵਾਰੀ ਗਵਾਹ ਹੈ, ਸ਼੍ਰੀਲੰਕਾ ਦੇ ਰਾਜੇ ਕੋਲ ਗੁਰੂ ਨਾਨਕ ਬਾਅਦ ਵਿੱਚ ਗਿਆ ਸੀ, ਮਨਸੁੱਖ ਵਿੱਚੋਂ ਗੁਰੂ ਨਾਨਕ ਵੇਖ ਲਿਆ ਸੀ ਉਹਨੇ, ਤਵਾਰੀ ਗਵਾਹ ਹੈ। ਉਹਨੇ ਕਿਹਾ ਜੇ ਸਿੱਖ ਵਿੱਚ ਇੰਨੇ ਗੁਣ ਨੇ ਤਾਂ ਗੁਰੂ ਵਿੱਚ ਕਿੰਨੇ ਹੋਣਗੇ, ਜੇ ਸਿੱਖ ਇੰਨਾ ਪ੍ਰਭਾਵਿਤ ਕਰ ਸਕਦਾ ਮੈਨੂੰ, ਜਿੱਦਣ ਇਹਦਾ ਉਸਤਾਦ ਆ ਗਿਆ ਉਦਣ ਮੇਰਾ ਕੀ ਹਾਲ ਹੋਏਗਾ। ਉਦੋਂ ਤਾਂ ਲਾਗਤ ਹੀ ਭੋਏ ਗਿਰ ਪਰਿਆ, ਪਰਾ ਕਰੇ ਜੇ ਸ਼ੇਕ ਵਾਲੀ ਗੱਲ ਹੋ ਜਾਣੀ ਹੈ। ਹੁਣ ਜਿਹੜੀ ਗੱਲ ਭਗਤ ਨਾਮਦੇਵ ਜੀ ਕਹਿੰਦੇ ਨੇ, ਆਨੀ ਲੇ ਕਾਗਦ ਕਾਟੀ ਲੇ ਗੁੱਡੀ ਆਕਾਸ਼ ਮੱਧੇ ਭਰਮੀ ਅਲੇ, ਪੰਚ ਜਨਾ ਸੋ ਬਾਤ ਬਤਾਊਆ ਚੀਸ ਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਮੇਰਾ ਮਨ ਰਾਮ ਦੇ ਨਾਮ 'ਚ ਵਿੱਝਿਆ ਹੋਇਆ ਹੈ। ਜੈਸੇ ਉਦਾਹਰਨ ਦਿੱਤੀ ਹੈ ਕਣਕ ਕਲਾ, ਕਣਕ ਦਾ ਅਰਥ ਸੋਨਾ, ਕਲਾ ਦਾ ਅਰਥ ਹੁਨਰ, ਜਿਵੇਂ ਸੋਨੇ ਨੂੰ ਘੜਨ ਦਾ ਹੁਨਰ ਸੁਨਿਆਰੇ ਵੀਰ ਕੋਲ ਹੁੰਦਾ ਹੈ ਨਾ, ਉਹਦਾ ਚਿੱਤ ਕੁਠਾਲੀ ਵਿੱਚ ਪਏ ਹੋਏ ਸੋਨੇ ਵਿੱਚ ਹੁੰਦਾ ਹੈ, ਗਾਹਕਾਂ ਨਾਲ ਵੀ ਗੱਲਾਂ ਕਰਦਾ ਹੈ, ਪਰ ਮੇਨ ਸੁਰਤ ਉਹਦੀ ਕੁਠਾਲੀ 'ਚ ਪਏ ਸੋਨੇ 'ਚ ਹੁੰਦੀ ਹੈ। ਜੈਸੇ ਕਣਕ ਕਲਾ, ਕਣਕ ਸੋਨਾ ਕਲਾ, ਸੋਨੇ ਨੂੰ ਤਿਆਰ ਕਰਨ ਦੀ ਕਲਾ, ਜੈਸੇ ਕਣਕ ਕਲਾ ਚਿੱਤ ਮਾਂਡੀ ਅਲੇ, ਚਿੱਤ ਉਹਦਾ ਸੋਨੇ ਘੜਨ ਵਿੱਚ ਹੈ, ਗੱਲਾਂ ਗਾਹਕਾਂ ਨਾਲ ਵੀ ਕਰਦਾ। ਮਾਲਕ ਜੀ ਕਹਿੰਦੇ ਚਿੱਤ ਤੇਰਾ ਸੱਚ ਵੱਲ ਹੋਵੇ, ਤੂੰ ਆਪਣਾ ਕੰਮ ਵੀ ਕਰੇ, ਕਾਰੋਬਾਰ ਵੀ ਕਰੇ, ਬਿਜ਼ਨਸ ਵੀ ਕਰੇ, ਵਪਾਰ ਵੀ ਕਰੇ, ਇਹਦੀ ਮਨਾਹੀ ਕੋਈ ਨਹੀਂ ਤੈਨੂੰ, ਕੋਈ ਮਨਾਹੀ ਨਹੀਂ ਤੈਨੂੰ। ਜੈਸੇ ਕਣਕ ਲਾ ਚਿੱਤ ਮਾਂਡੀ ਅਲੇ, ਆਨੀ ਲੇ ਕੁੰਭ ਭਰਾਈ ਲੇ, ਉਦਕ ਰਾਜ ਕੁਵਾਰ ਪੁਰੰਗ ਦਰੀਏ। ਪੁਰਾਣੇ ਸਮੇਂ 'ਚ ਪਾਣੀ ਖੂਹਾਂ ਤੋਂ ਲੈਣ ਵਾਸਤੇ ਸਵਾਣੀਆਂ ਜਾਇਆ ਕਰਦੀਆਂ ਸਨ, ਕਦੀ ਵੇਖਣਾ ਦੋ ਦੋ ਤਿੰਨ ਤਿੰਨ ਘੜੇ ਸਿਰ 'ਤੇ ਲੜੀਵਾਰ ਚੁੱਕ ਲੈਣੇ। ਅੱਜ ਵਰਗੇ ਟਿਊਬਵੈੱਲ ਸਿਸਟਮ ਨਹੀਂ ਸੀ, ਸਮਰਸੀਬਲ ਪੰਪ ਨਹੀਂ ਸੀ, ਘਰਾਂ ਵਿੱਚ ਟੈਂਕੀਆਂ ਨਹੀਂ ਸਨ ਲੱਗੀਆਂ, ਪਾਣੀ ਲੈ ਕੇ ਆਉਣਾ ਇਕੱਠਾ, ਚਾਰ ਚਾਰ ਸਿਰ 'ਤੇ ਘੜੇ ਚੁੱਕ ਲੈਣੇ। ਭਗਤ ਨਾਮਦੇਵ ਜੀ ਕਹਿੰਦੇ ਵੇਖੋ ਨਾ ਸਵਾਣੀਆਂ ਭੈਣਾਂ ਵੱਲ, ਆਨੀ ਲੇ ਕੁੰਭ ਭਰਾਈ ਲੇ ਉਦਕ ਪਾਣੀ ਭਰਿਆ ਹੈ, ਆਨੀ ਲੇ ਕੁੰਭ ਭਰਾਈ ਲੇ ਉਦਕ ਰਾਜ ਕੁਵਾਰ ਪੁਰੰਗ ਦਰੀਏ, ਪੁਰੰਗ ਦਰੀਏ ਸ਼ਹਿਰ ਤੋਂ ਬਾਹਰ, ਹਸਤ ਵਿਨੋਦ ਵਿਚਾਰ ਕਰਤੀ ਹੈ, ਗੱਲਾਂ ਕਰ ਰਹੀਆਂ ਨੇ ਆਪਸ ਵਿੱਚ ਸਹੇਲੀਆਂ ਸਹੇਲੀਆਂ, ਪਰ ਚੀਤ ਸੋ ਗਾਗਰ ਚਿੱਤ ਗਾਗਰ ਚ ਡਿੱਗ ਨਾ ਪਵੇ। ਤੂੰ ਕੰਮ ਕਰਦਿਆਂ ਹੋਵੇਂ ਚਿੱਤ ਨਿਰੰਕਾਰ ਦੀ ਵਿਚਾਰ 'ਚ ਹੋਵੇ, ਕਿਤੇ ਸੁਰਤ ਨਾ ਨੀਵੀਂ ਹੋ ਜਾਏ ਮੇਰੀ। ਦੁਕਾਨ 'ਤੇ ਬੈਠਾ ਹੋਵੇਂ, ਸਰਕਾਰੀ ਅਦਾਰੇ 'ਚ ਬੈਠਾ ਹੋਵੇਂ, ਸਕੂਲ ਟੀਚਰ ਹੋਵੇਂ, ਜੇ ਟੀਚਰ ਹੋਵੇਂ ਤਾਂ ਇਹ ਸੋਚੇ ਮੈਂ ਬੱਚਿਆਂ ਨੂੰ ਪੜ੍ਹਾਉਣਾ ਹੈ। ਸੁਰਤ ਇਹ ਹੈ ਕਿ ਜੋ ਜਿੰਨੀ ਮੈਂ ਤਨਖਾਹ ਲੈਣਾ ਉਹ ਉਸ ਇਮਾਨਦਾਰੀ ਦੇ ਨਾਲ ਇਹਨਾਂ ਨੂੰ ਅੱਜ ਗਿਆਨ ਦੇ ਕੇ ਤੋਰਨਾ ਬੱਚਿਆਂ ਨੂੰ। ਆ ਮੈਂ ਪਿਛਲੇ ਦਿਨ ਹੀ ਬੋਲਿਆ ਸੀ ਕਿ ਸਰਕਾਰੀ ਅਦਾਰਿਆਂ ਦੇ ਵਿੱਚ ਜਿਹੜੇ ਸਰਕਾਰੀ ਟੀਚਰ ਨੇ, ਬੜਿਆਂ ਟੀਚਰਾਂ ਦੇ ਫੋਨ ਵੀ ਆਏ, ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਵੀਰ ਜੀ ਤੁਸੀਂ ਸਰਕਾਰੀ ਅਦਾਰਿਆਂ ਵਿੱਚ ਟੀਚਰ ਜੇ, ਬਹੁਤ ਵਧੀਆ ਗੱਲ ਹੈ, ਕੀ ਕਾਰਨ ਹੈ ਕਿ ਸਰਕਾਰੀ ਸਕੂਲ ਵਿੱਚ ਟੀਚਰ ਪੜ੍ਹਾਉਣ ਵਾਲਾ ਉੱਥੇ ਪੜ੍ਹਾ ਨਹੀਂ ਪਾਉਂਦਾ ਅਤੇ ਘਰ ਵਿੱਚ ਦਾਅਵਾ ਕਰਦਾ ਮੇਰੇ ਕੋਲ ਦੋ ਘੰਟੇ ਟਿਊਸ਼ਨ ਰਖਾਓ ਮੈਂ ਪੜ੍ਹਾਵਾਂਗਾ ਅਤੇ ਬੱਚੇ ਪਾਸ ਹੁੰਦੇ ਨੇ? ਕਾਰਨ ਕੀ ਹੈ? ਪਤਾ ਹੈ ਕਿ ਉੱਥੇ ਕਿਸੇ ਨੇ ਪੁੱਛਣਾ ਨਹੀਂ, ਤਨਖਾਹ ਮਿਲ ਜਾਣੀ ਹੈ, ਘਰ ਪਤਾ ਹੈ ਕਿ ਮਾਪਿਆਂ ਨੇ ਪੈਸੇ ਦੇ ਕੇ ਪੁੱਛਣਾ ਕਿ ਰਿਜ਼ਲਟ ਵਿਖਾਓ ਜੀ ਕੀ ਹੈ। ਕਿੱਡਾ ਚੰਗਾ ਹੋਵੇ ਜਿਹੜੀ ਤਨਖਾਹ ਇਮਾਨਦਾਰੀ ਨਾਲ ਲੈ ਰਹੇ ਹਾਂ ਉਹਨਾਂ ਕੰਮ ਵੀ ਕੀਤਾ ਜਾਏ। ਇਹ ਚੀਜ਼ ਸਡੋਰੀ ਰਾਖੀ ਵਾਲੇ ਹੈ, ਇਹ ਹੈ ਨਾਮ ਜਪਣਾ। ਸਰਕਾਰੀ ਅਦਾਰੇ ਵਿੱਚ ਤੂੰ ਸਰਕਾਰੀ ਹੋਸਪਿਟਲ ਵਿੱਚ ਡਾਕਟਰ ਹੈ, ਇਮਾਨਦਾਰੀ ਨਾਲ ਨੌਕਰੀ ਕਰ ਕਿ ਜੇ 100 ਕਿਲੋਮੀਟਰ ਦੂਰ ਤੋਂ ਕੋਈ ਮਰੀਜ਼ ਲੈ ਕੇ ਆਇਆ ਅਤੇ ਉੱਥੇ ਪਹਿਲਾਂ ਇੱਕ ਇਨਸਾਨੀਅਤ ਦੇ ਤੌਰ 'ਤੇ ਪਹਿਲਾਂ ਉਹਦਾ ਇਲਾਜ ਕੀਤਾ ਜਾਏ, ਸੌਦਾ ਨਾ ਕੀਤਾ ਜਾਏ। ਜੇ ਇਮਾਨਦਾਰੀ ਦੇ ਨਾਲ ਉਹਦਾ ਇਲਾਜ ਕਰਨਾ ਹੈ, ਇਹੋ ਚੀਜ਼ ਸੋ ਡੋਰੀ ਰਾਖੀ ਵਾਲੇ ਹੈ, ਇਹੋ ਹੱਥ ਪਾਉਂ ਕਰ ਕੰਮ ਸਭ ਚੀਤ ਨਿਰੰਜਨ ਨਾਲ ਹੈ। ਜੇ ਹਰ ਮਨੁੱਖ ਨੂੰ ਇਸ ਗੱਲ ਦੀ ਸਮਝ ਲੱਗ ਜਾਏ ਤਾਂ ਫਿਰ ਸੰਸਾਰ ਕਿੰਨਾ ਸੋਹਣਾ ਬਣ ਜਾਏਗਾ, ਇਹ ਭਿਆਨਕ ਜੰਗਲ ਤੋਂ ਬਗੀਚਾ ਬਣ ਜਾਏਗਾ। ਵੈਸੇ ਗੁਰੂ ਨਾਨਕ ਸਾਹਿਬ ਜੀ ਇਹੋ ਗੱਲ ਕਹਿੰਦੇ ਨੇ, ਮਹਾਰਾਜ ਨੇ ਤਾਂ ਇਹ ਖਿਆਲ ਦਿੱਤਾ ਵੀ ਗੁਰੂ ਦਾ ਕਰਤੱਵ ਕੀ ਹੁੰਦਾ ਹੈ, ਜੰਗਲ ਤੋਂ ਬਗੀਚਾ ਬਣਾ ਦੇਣਾ। ਕਦੀ ਵਾਰ ਵੇਖਣਾ ਜੰਗਲ ਵਿੱਚ ਮਨੁੱਖ ਰਾਤ ਤਾਂ ਬਹੁਤ ਦੂਰ ਦੀ ਗੱਲ ਰਹੀ, ਦਿਨ ਵੇਲੇ ਵੀ ਜਾਣ ਤੋਂ ਡਰਦਾ ਹੈ।
ਦਿਨ ਵੇਲੇ ਵੀ ਜਾਣ ਤੋਂ ਡਰਦਾ, ਪਰ ਬਗੀਚੇ ਵਿੱਚ ਤਾਂ ਰਾਤ ਨੂੰ ਵੀ ਸੈਰਾਂ ਹੁੰਦੀਆਂ ਨੇ, ਸ਼ਾਮਾਂ ਪਈਆਂ ਹੋਣ, ਲਾਈਟਾਂ ਜਗਦੀਆਂ ਹੁੰਦੀਆਂ ਨੇ, ਪਾਰਕਾਂ ਦੇ ਵਿੱਚ ਤਾਂ ਲੋਕ ਘੁੰਮਦੇ ਨੇ, ਕਿਉਂਕਿ ਤਰਤੀਬ ਅਨੁਸਾਰ ਫੁੱਲ ਬੂਟੇ ਲਾਏ ਹੁੰਦੇ ਨੇ। ਗੁਰੂ ਮਾਲੀ ਹੈ, ਇਹ ਸੰਸਾਰ ਜੰਗਲ ਹੈ, ਇਹਦੇ ਵਿੱਚੋਂ ਪੌਦੇ ਪੁੱਟ ਪੁੱਟ ਕੇ ਮੇਰਾ ਗੁਰਦੇਵ ਸਿੱਖੀ ਦੇ ਬਗੀਚੇ 'ਚ ਲਾਉਂਦਾ ਹੈ ਅਤੇ ਉਹਨਾਂ ਦੀ ਦੇਖਭਾਲ ਵੀ ਕਰਦਾ ਹੈ। ਸਿੰਚਨਾਰੇ ਏਕੇ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਗੁਰੂ ਇੱਕ ਮਾਲੀ ਹੈ ਜਿਹਨੇ ਸੰਸਾਰ ਦੇ ਜੰਗਲ 'ਚੋਂ ਦਰਖਤ ਪੱਟ ਪੱਟ ਕੇ ਸੱਜਣ ਨੂੰ ਪੁੱਟ ਕੇ ਲਿਆਂਦਾ, ਠੱਗੀਆਂ ਮਾਰਦਾ ਸੀ, ਉਹਨੂੰ ਸਿੱਖੀ ਦੇ ਬਗੀਚੇ ਲਾ ਦਿੱਤਾ। ਆ ਜਾ, ਤੂੰ ਜੰਗਲ ਬਣਿਆ ਹੋਇਆ ਸੀ, ਲੋਕ ਤੇਰੇ ਤੋਂ ਡਰਦੇ ਸੀ, ਆਹ ਤੈਨੂੰ ਐਸਾ ਫਲਦਾਰ ਬੂਟਾ ਬਣਾਵਾਂ, ਤੇਰੇ ਫਲ ਲੋਕ ਲੈਣਗੇ, ਤੇਰੀ ਛਾਵੇਂ ਬਹਿਣਗੇ। ਆਹ ਭੂਮੀਆਂ ਚੋਰ, ਤੂੰ ਜੰਗਲ ਦਾ ਦਰਖਤ ਹੈ, ਆਹ ਤੈਨੂੰ ਇੱਕ ਬਗੀਚੇ ਵਿੱਚ ਲਾਵਾਂ, ਆਹ ਤੇਰੇ ਫਲ ਬੜੇ ਵਧੀਆ ਹੋ ਜਾਣਗੇ, ਤੇਰੇ ਫੁੱਲ ਬੜੇ ਵਧੀਆ ਹੋ ਜਾਣਗੇ, ਤੇਰੇ ਪੱਤੇ ਹਰੇ ਭਰੇ ਹੋ ਜਾਣਗੇ। ਸਿੰਚਨ ਹਾਰੇ ਏਕੇ ਮਾਲੀ, ਖਬਰ ਕਰਤ ਹੈ ਪਾਤ ਪਤ ਡਾਲੀ। ਉਹ ਕੱਲੀਆਂ ਕੱਲੀਆਂ ਪੱਤੀਆਂ ਦੀ ਖਬਰ ਕਰਦਾ ਵੀ ਅੱਖਾਂ ਤਾਂ ਨਹੀਂ ਕੁਮਲਾ ਗਈਆਂ, ਕਦੀ ਵੇਖਣਾ ਮਾਲੀ ਨੇ ਕੈਂਚੀ ਫੜੀ ਹੁੰਦੀ ਹੈ, ਬਗੀਚੇ 'ਚ ਘੁੰਮ ਰਿਹਾ ਹੁੰਦਾ, ਜਿਹੜੀਆਂ ਪੱਤੀਆਂ ਸੁੱਕ ਜਾਂਦੀਆਂ ਕੱਟੀ ਜਾਂਦਾ ਹੈ, ਉਹਨੂੰ ਪਤਾ ਹੁੰਦਾ ਜੇ ਆਹ ਸੁੱਕੀ ਕਿਤੇ ਨਾਲ ਦੀ ਨਾ ਸੁੱਕ ਜਾਏ। ਗੁਰੂ ਨੇ ਇਕੱਲੀ ਇਕੱਲੀ ਪੱਤੀ ਦਾ ਖਿਆਲ ਰੱਖਿਆ, ਅੱਖਾਂ ਪਰਾਇਆ ਰੂਪ 'ਤੇ ਨਹੀਂ ਤੱਕਦੀਆਂ, ਕੰਨ ਨਿੰਦਿਆ 'ਤੇ ਨਹੀਂ ਸੁਣਨ ਲੱਗ ਪਏ, ਜ਼ੁਬਾਨ ਝੂਠ 'ਤੇ ਨਹੀਂ ਬੋਲਦੀ, ਇਹ ਗੁਰੂ ਮਾਲੀ ਨੇ ਆਪਣਾ ਫਰਜ਼ ਨਿਭਾਇਆ। ਪਰ ਆਏਗਾ ਤਾਂ ਨਿਭਾਏਗਾ ਨਾ, ਗੁਰੂ ਕੋਲ ਪਹੁੰਚ ਤਾਂ ਕਰਨੀ ਪਵੇਗੀ ਨਾ, ਇੰਨਾ ਕੁ ਤਾਂ ਉੱਦਮ ਕਰਨਾ ਪਵੇਗਾ ਗੁਰੂ ਕੋਲ ਪਹੁੰਚਣ ਦਾ। ਹੁਣ ਭਗਤ ਨਾਮਦੇਵ ਜੀ ਕਹਿੰਦੇ ਖਿਆਲ ਕਿੱਡਾ ਪਿਆਰਾ ਹੈ, ਉਹਦਾ ਚਿੱਤ ਗਾਗਰ ਵਿੱਚ ਹੈ ਉਹਨਾਂ ਬੱਚੀਆਂ ਦਾ। ਮੰਦਰ ਏਕ ਦੁਆਰ ਦੱਸ ਜਾ ਕੇ ਗਊ ਚਰਾਵਨ ਛਾਡੀਏ ਲੇ। ਗਊਆਂ ਚੁਗਣ ਜਾਂਦੀਆਂ ਨੇ ਪਰ ਚਿੱਤ ਆਪਣਿਆਂ ਵੱਛਿਆਂ 'ਚ ਹੁੰਦਾ ਹੈ, ਚੁਗਣ ਬਾਹਰ ਜਾਂਦੀਆਂ ਨੇ, ਚਿੱਤ ਵੱਛਿਆਂ 'ਚ ਹੁੰਦਾ ਹੈ, ਘਰ ਬੈਠੇ ਨੇ ਸਾਡੇ। ਮੰਦਰ ਇੱਕ ਸਰੀਰਕ ਮੰਦਰ ਹੈ, ਦੁਆਰ ਦੱਸ ਜਾ ਕੇ ਇਹਦੇ 10 ਦਰਵਾਜ਼ੇ ਨੇ, ਇਹਦੇ ਵਿੱਚੋਂ ਇੰਦਰੀਆਂ ਬਾਹਰ ਜਾਂਦੀਆਂ ਨੇ। ਪਰ ਕਿੱਡਾ ਚੰਗਾ ਹੋਵੇ ਜਿਵੇਂ ਉਹਨਾਂ ਦਾ ਗਾਵਾਂ ਦਾ ਚਿੱਤ ਵੱਛੇ 'ਚ ਹੈ, ਇਹਨਾਂ ਇੰਦਰੀਆਂ ਦਾ ਚਿੱਤ ਵੀ ਸੱਚ ਵਿੱਚ ਹੋਵੇ, ਅੱਖਾਂ ਦਾ ਧਿਆਨ ਹੋਵੇ ਕਿ ਮਨ ਤੂੰ ਜੋਤ ਸਰੂਪ ਹੈ, ਅਸੀਂ ਉਹ ਕੰਮ ਨਹੀਂ ਕਰਨੇ ਜਿਹਦੇ ਨਾਲ ਸਾਡੀ ਮਤ ਨੂੰ ਨੀਵਾਂ ਹੋਣਾ ਪਵੇ, ਜਿਹਦੇ ਨਾਲ ਸਾਨੂੰ ਉਲਾਮਾ ਮਿਲੇ ਵੀ ਤੁਸੀਂ ਸੰਸਾਰ 'ਤੇ ਸਹੀ ਆਣ ਕੇ ਨਹੀਂ ਵੇਖਿਆ। ਮੰਦਰ ਏਕ ਦੁਆਰ ਦੱਸ ਜਾ ਕੇ ਗਊ ਚਰਾਵਨ ਛਾਡੀਏ ਲੇ। ਬਾਹਰ ਚੁਗਣ ਪੰਜ ਕੋਸ਼ ਪਰ ਗਊ ਚਰਾਵਨ, ਪੰਜ ਕੋਹ 'ਤੇ ਗਊ ਚੁਗਣ ਜਾਂਦੀ ਹੈ, ਪਰ ਚੀਜ਼ ਸੋ ਬਛਰਾ ਰਾਖੀਏ, ਚਿੱਤ ਵੱਛੇ 'ਚ ਹੈ। ਕਹਿਤ ਨਾਮਦੇਵ, ਸੁਣੋ ਤ੍ਰਿਲੋਚਨ, ਹੇ ਮੇਰੇ ਭਾਈ ਮੇਰੇ ਮਿੱਤਰ ਤ੍ਰਿਲੋਚਨ ਧਿਆਨ ਦੇ ਕੇ ਸੁਣ। ਕਹਿਤ ਨਾਮਦੇਵ, ਸੁਣੋ ਤ੍ਰਿਲੋਚਨ, ਬਾਲਕ ਪਾਲਣ ਪਾਉਂਦੀਏ ਲੇ। ਬਾਲਕ ਨੂੰ ਪਾਲਣੇ ਵਿੱਚ ਪਾਉਂਦੀ ਹੈ ਸਵਾਣੀ ਭੈਣ, ਘਰ ਵਿੱਚ ਆਪਣਾ ਘਰ ਦਾ ਕੰਮ ਕਰਦੀ ਫਿਰਦੀ ਹੈ, ਕਿਚਨ 'ਚ ਵੀ ਕੰਮ ਕਰਦੀ ਹੈ, ਆਪਣਾ ਸਾਫ਼ ਸਫਾਈ ਵੀ ਕਰੀ ਜਾਂਦੀ ਹੈ, ਲੀੜਾਂ ਪੋਚੇ ਵੀ ਲਾ ਰਹੀ ਹੈ, ਸਾਰੇ ਕੰਮ ਵਿੱਚ ਧਿਆਨ ਵਿਆ, ਪਰ ਚਿੱਤ ਬੱਚੇ 'ਚ ਹੈ, ਕਿਤੇ ਉੱਠ ਤਾਂ ਨਹੀਂ ਪਿਆ, ਇਹਨੂੰ ਭੁੱਖ ਤਾਂ ਨਹੀਂ ਲੱਗੀ। ਕਹਿਤ ਨਾਮਦੇਵ, ਸੁਣੋ ਤ੍ਰਿਲੋਚਨ, ਬਾਲਕ ਪਾਲਣ ਪਾਉਂਦੀਏ ਲੇ। ਅੰਤਰ ਬਾਹਰ ਕਾਜ ਬਿਰੂਤੀ, ਚੀਜ਼ ਸੁਬਾਰਕ ਰਾਖੀ। ਇਹ ਹੈ ਨਾਮ ਜਪਣਾ, ਇਹ ਉਸਦੀ ਬੰਦਗੀ ਕਰਨੀ, ਕੰਮ ਛੱਡਣ ਦੀ ਲੋੜ ਨਹੀਂ। ਜਿਨ੍ਹਾਂ ਨੇ ਕੰਮ ਛੱਡ ਕੇ ਉਹਨੂੰ ਪਾਉਣ ਦੀ ਕੋਸ਼ਿਸ਼ ਕੀਤੀ, ਗੁਰੂ ਨਾਨਕ ਸਾਹਿਬ ਜੀ ਨੇ ਤਾਂ ਉਹਨਾਂ ਬਾਰੇ ਵਿਚਾਰ ਬੜੇ ਪਿਆਰੇ ਰੱਖੇ ਨੇ। ਗਿਆਨ ਵਿਹੂਣਾ ਗਾਵੇ ਗੀਤ, ਗਿਆਨ ਤੋਂ ਸਿੱਖਣਾ ਗੀਤ ਗਾ ਰਿਹਾ, ਕਿਹੜਾ ਗਿਆਨ? ਰੱਬ ਦਾ ਗਿਆਨ, ਆਤਮਕ ਗਿਆਨ ਹੈ ਨਹੀਂ, ਅੰਦਰ ਦਾ ਦੀਵਾ ਜਗਿਆ ਨਹੀਂ, ਪਰ ਗੀਤ ਗਾ ਰਿਹਾ। ਇਹ ਤਿੰਨਾਂ ਦਾ ਜ਼ਿਕਰ ਕੀਤਾ, ਇੱਥੇ ਪਹਿਲਾਂ ਗੱਲ ਕੀਤੀ ਪੰਡਿਤ ਦੀ, ਅਗਲੇ ਬੰਦ ਵਿੱਚ ਕੀਤੀ ਹੈ ਇੱਕ ਕਾਜੀ ਦੀ, ਮੌਲਵੀ ਦੀ, ਤੀਜੇ 'ਚ ਕਰ ਦਿੱਤੀ ਗੱਲ ਇੱਕ ਜੋਗੀ ਦੀ, ਜਿਹਨਾਂ ਬਾਰੇ ਗੁਰੂ ਸਾਹਿਬ ਨੇ ਪਹਿਲਾਂ ਬਚਨ ਕਿਹਾ ਸੀ, ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾ ਹੋਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ। ਆ ਜਦੋਂ ਕਿਸਾਨ ਦੀ ਫਸਲ ਵਿੱਚ ਕੋਈ ਆਵਾਰਾ ਜਾਨਵਰ ਆ ਜਾਏ ਨਾ, ਅਤੇ ਉਹਨੂੰ ਕੋ ਆਣ ਕੇ ਦੱਸੇ ਤੇਰੀ ਫਸਲ ਉਜਾੜ ਰਿਹਾ ਕੋਈ ਜਾਨਵਰ, ਮੈਂ ਪਸ਼ੂ ਚਰਦਾ ਵੇਖਿਆ। ਮਹਾਰਾਜ ਕਹਿੰਦੇ ਤਿੰਨੇ ਹੀ ਮਨੁੱਖਤਾ ਰੂਪੀ ਫਸਲ ਨੂੰ ਉਜਾੜ ਰਹੇ ਸਨ, ਉਜਾੜ ਰਹੇ ਸਨ ਨਹੀਂ, ਅੱਜ ਵੀ ਉਜਾੜਿਆ ਜਾ ਰਿਹਾ, ਅੱਜ ਹੋਰ ਰਲ ਗਿਆ ਨਾਲ, ਉਦੋਂ ਤਿੰਨ ਸੀ ਅੱਜ ਹੋਰ ਰਲ ਗਏ, ਕੁਝ ਸਾਡੇ ਵਰਗੇ ਵੀ ਨਾਲ ਰਲ ਗਏ ਵੀ ਤੁਸੀਂ ਤਿੰਨ ਥੋੜ੍ਹੇ ਜਿਹੇ, ਅਸੀਂ ਤੁਹਾਡੇ ਨਾਲ ਤੁਰਦੇ ਹਾਂ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਗਿਆਨ ਵਿਹੂਣਾ ਗਾਵੇ ਗੀਤ, ਗਿਆਨ ਤੋਂ ਸਿੱਖਣਾ ਗੀਤ ਗਾ ਰਿਹਾ, ਗਿਆਨ ਤੋਂ ਸਿੱਖਣਾ ਬੜਾ ਬੜਾ ਸੌਖਾ ਵਸੀਲਾ ਲੱਭ ਲਿਆ ਰੋਟੀ ਦਾ। ਕਦੀ ਵੇਖਣਾ ਅੱਜ ਜਦੋਂ ਪਿੰਡਾਂ ਦੇ ਵਿੱਚ ਕਬਰਾਂ 'ਤੇ ਕਿਤੇ ਮੇਲੇ ਲੱਗਦੇ ਨੇ, ਅਤੇ ਸਾਡੇ ਆਪਣੇ ਵੀਰ ਉੱਥੇ ਪਾਠ ਕਰਨ, ਕੀਰਤਨ ਕਥਾ ਕਰਨ ਚਲੇ ਜਾਂਦੇ ਨੇ,
ਅਤੇ ਜਦੋਂ ਉਹਨਾਂ ਨੂੰ ਕੋਈ ਪਿੱਛੋਂ ਫੜ ਕੇ ਲਿਆਉਂਦਾ ਹੈ ਨਾ, ਕੀ ਕਰੀਏ ਜੀ, ਰੋਟੀ ਨਹੀਂ ਖਾਣੀ, ਸਾਨੂੰ ਕਿਹੜੀ ਕਿਸੇ ਨੇ 2 ਕਿਲੋ ਆਟਾ ਦੇ ਆਉਣਾ ਹੈ। ਇਹਦਾ ਅਰਥ ਹੀ ਹੋਇਆ, ਗੀਤ ਗਾਇਆ ਜਾ ਰਿਹਾ ਰੋਟੀ ਵਾਸਤੇ ਗਾਇਆ ਜਾ ਰਿਹਾ, ਰੋਟੀਆਂ ਕਾਰਨ ਪੂਰੇ ਤਾਲ। ਸਿਧਾਂਤ ਕਿੱਥੇ ਚਲਾ ਗਿਆ, ਸੱਚ ਕਿੱਥੇ ਚਲਾ ਗਿਆ? ਹਾਂ ਜ਼ਰੂਰ ਜਾਓ, ਜੇ ਤਾਂ ਗੁਰੂ ਨਾਨਕ ਸਾਹਿਬ ਦੀ ਤਰ੍ਹਾਂ ਜਾਣਾ ਹੈ ਕਿ ਜੇ ਪੁਰੀ ਗਏ ਨੇ ਉੱਥੋਂ ਦਿਆਂ ਨੂੰ ਸਮਝਾਉਣ ਗਏ, ਹਾਂ ਗਲਤ ਕਰ ਰਹੇ ਹੋ, ਸਹੀ ਇਹ ਹੈ, ਜੇ ਜਾਣਾ ਹੈ ਉੱਥੇ ਕਬਰ 'ਤੇ ਜ਼ਰੂਰ ਜਾਓ, ਪਰ ਇਹ ਭਾਵਨਾ ਲੈ ਕੇ ਜਾਓ, ਉਹਨਾਂ ਨੂੰ ਦੱਸ ਕੇ ਆਓ, ਭਾਈ ਬੁੱਤ ਨੂੰ ਨਹੀਂ ਪੂਜਣਾ, ਕਬਰ ਨੂੰ ਨਹੀਂ ਪੂਜਣਾ, ਸੱਚ ਨਾਲ ਜੁੜਨਾ, ਫਿਰ ਤਾਂ ਜਾਣਾ ਸਫਲ ਹੈ, ਫਿਰ ਤਾਂ ਮੁਬਾਰਕ ਹੈ, ਫਿਰ ਤਾਂ ਡਾਕਟਰ ਦਾ ਫਰਜ਼ ਬਣਦਾ ਮਰੀਜ਼ ਕੋਲ ਜਾਵੇ, ਅਤੇ ਜੇ ਮਰੀਜ਼ ਨੂੰ ਹੋਰ ਹੱਲਾ ਸ਼ੇਰੀ ਦੇ ਆਵੇ, ਜੋ ਤੂੰ ਖਾ ਰਿਹਾ ਬਹੁਤ ਵਧੀਆ ਗੱਲ ਹੈ, ਖਾਈ ਜਾ ਤਗੜਾ ਹੋ ਕੇ, ਫਿਰ ਤਾਂ ਬੇਈਮਾਨ ਹੈ ਨਾ, ਫਿਰ ਤਾਂ ਇਮਾਨਦਾਰੀ ਦੀ ਸੋਚ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਗਿਆਨ ਵੀ ਹੋਣਾ ਗਾਵੇ ਗੀਤ, ਭੁੱਖੇ ਮੁੱਲਾਂ, ਮੁੱਲਾਂ ਨੇ ਵੀ ਭੁੱਖ ਕਰਕੇ ਹੀ ਮਸੀਤ ਬਣਾਈ ਹੋਈ ਹੈ, ਭੁੱਖ ਨੇ ਮਸੀਤ ਬਣਾ ਤੀ, ਵੀ ਭੁੱਖ ਲੱਗੀ ਹੈ ਮਸੀਤ ਬਣਾ ਲਾ। ਭੁੱਖੇ ਮੁੱਲਾਂ ਘਰੇ ਮਸੀਤ, ਮੁੱਲਾਂ ਨੂੰ ਭੁੱਖ ਲੱਗੀ, ਪਦਾਰਥਾਂ ਦੀ ਲੋੜ ਸੀ, ਉਹਨੇ ਕਿਹਾ ਉਹ ਮਸੀਤ ਵਿੱਚ, ਬਾਹਰ ਜਾਣ ਦੀ ਲੋੜ ਨਹੀਂ। ਕਾਲੇ ਇਲਮ ਵਿਕ ਰਹੇ ਨੇ, ਮੁੰਦਰੀਆਂ ਵਿਕ ਰਹੀਆਂ ਨੇ, ਨਗ ਵਿਕ ਰਹੇ ਨੇ, ਧਾਗੇ ਵਿਕ ਰਹੇ ਨੇ, ਤਵੀਤ ਵਿਕ ਰਹੇ ਨੇ, ਕਾਲਾ ਇਲਮ, ਪਤਾ ਨਹੀਂ ਕਿੰਨੇ ਇਸੇ ਹਿੰਦੁਸਤਾਨ ਵਿੱਚ ਕਿੰਨੀਆਂ ਤਾਂਤਰਿਕ ਪੈਦਾ ਹੋ ਗਏ, ਕਿੰਨੀਆਂ ਸ਼ਕਤੀਆਂ ਵਾਲੇ ਪੈਦਾ ਹੋ ਗਏ, ਜਿਹੜੇ ਕਹਿੰਦੇ ਅਸੀਂ ਆਹ ਕਰ ਦੇਵਾਂਗੇ। ਮੈਂ ਤਾਂ ਤਵਾਰੀਖ ਪੜ੍ਹ ਕੇ ਹੈਰਾਨ ਹੋ ਜਾਣਾ, ਇਹ ਤਾਂਤਰਿਕ ਤਾਂ ਉਦੋਂ ਵੀ ਹੈਗੇ ਸੀ ਜਦੋਂ ਬਾਬਰ ਆਉਂਦਾ ਸੀ, ਇਹ ਤਾਂਤਰਿਕ ਉਦੋਂ ਵੀ ਹੈਗੇ ਸੀ ਜਦੋਂ ਅਬਦਾਲੀ ਆਉਂਦਾ ਸੀ, ਤਾਂਤਰਿਕ ਤਾਂ ਉਦੋਂ ਵੀ ਹੈਗੇ ਸੀ ਜਦੋਂ ਬਾਹਰੋਂ ਆਣ ਕੇ ਨਾਦਰ ਸ਼ਾਹ ਵਰਗਿਆਂ ਨੇ ਕਈ ਸਾਲ ਇਹਨਾਂ ਨੂੰ ਅੱਗੇ ਲਾ ਛੱਡਿਆ, ਡੋਲੇ ਚੁੱਕ ਕੇ ਗਜਨੀ ਦੇ ਬਾਜ਼ਾਰ ਟਕੇ ਟਕੇ ਵੇਚ ਛੱਡਿਆ ਹੈਗਾ, ਅਤੇ ਉਦੋਂ ਵੀ ਤਾਂਤਰਿਕ ਹੈਗੇ ਸਨ, ਕਿਸੇ ਦੀ ਗੈਬੀ ਸ਼ਕਤੀ ਨਹੀਂ ਚੱਲੀ, ਕਿਸੇ ਦਾ ਕਾਲਾ ਇਲਮ ਨਹੀਂ ਚੱਲਿਆ, ਕਿਸੇ ਦੀ ਸ਼ਕਤੀ ਨਹੀਂ ਚੱਲੀ, ਸਾਰੇ ਖਤਮ ਹੋ ਗਏ, ਉਦੋਂ ਇੱਕੋ ਸ਼ਕਤੀ ਚੱਲੀ ਸੀ, ਉਹ ਗੁਰੂ ਕੇ ਸਿੱਖਾਂ ਕੋਲ ਸੀ। ਜਦੋਂ ਰੋਂਦੀਆਂ ਆਉਂਦੀਆਂ ਸਨ ਇਸਤਰੀਆਂ ਬਜ਼ੁਰਗ, ਤੇ ਆਣ ਕੇ ਕਹਿੰਦੇ ਸਨ ਸ਼ਹੀ ਬਾਬਾ ਸ਼ਹੀ ਰੰਨ ਬਸਰੇ ਨੂੰ ਗਈ, ਮੋੜੀ ਬਾਬਾ ਡਾਂਗ ਵਾਲਿਆ, ਮੋੜੀ ਬਾਬਾ ਕੱਛ ਵਾਲਿਆ, ਵੇ ਕੱਛ ਵਾਲਿਆ, ਵੇ ਡਾਂਗ ਵਾਲਿਆ, ਬਾਬਾ ਸਾਡੀ ਧੀ ਭੈਣ ਬਚਾ ਕੇ ਲਿਆ, ਤੂੰ ਹੀ ਬਚਾ ਸਕਦਾ, ਇਹਨਾਂ ਭੋਰਿਆਂ 'ਚ ਬਹਿਣ ਵਾਲਿਆਂ ਨੇ ਨਹੀਂ ਬਚਾਉਣੀ, ਕਿਉਂਕਿ ਇਹ ਤਾਂ ਅਪਾਹਜ ਹੋ ਚੁੱਕੇ ਨੇ, ਇਹਨਾਂ ਕੋਲੋਂ ਤਾਂ ਭੱਜਿਆ ਵੀ ਨਹੀਂ ਜਾਣਾ, ਉਹ ਤਾਂ ਤੂੰ ਬਚਾ ਸਕਦਾ, ਤੂੰ ਜੰਗਲਾਂ 'ਚ ਰਹਿ ਕੇ ਘੋੜਿਆਂ ਦੀਆਂ ਕਾਠੀਆਂ 'ਤੇ ਰਾਤਾਂ ਗੁਜ਼ਾਰ ਗੁਜ਼ਾਰ ਕੇ, ਤੇਰੇ ਕੋਲ ਤਾਕਤ ਹੈ, ਤੇਰੇ ਕੋਲ ਸਮਝ ਇਸ ਗੱਲ ਦੀ। ਫਿਰ ਬੇਨਤੀ ਕਰ ਦੇਵਾਂ, ਜੇ ਮੁੱਲਾਂ ਨੂੰ ਭੁੱਖ ਲੱਗੀ, ਉਹਨੇ ਮਸੀਤ ਘਰ ਨੂੰ ਬਣਾ ਲਿਆ, ਘਰ ਵਿੱਚ ਹੀ ਤਾਗੇ ਤਵੀਤ ਜੰਤਰ ਮੰਤਰ, ਧਿਆਨ ਆਪਣੇ 'ਚ ਮਾਰਨ ਦੀ ਲੋੜ ਹੈ, ਕੋਈ ਥਾਂ ਨਹੀਂ ਬਚਿਆ। ਸਾਡੇ ਸਿੱਖੀ ਸਰੂਪ ਵਿੱਚ ਕਈਆਂ ਨੇ ਦੁਕਾਨਾਂ ਖੋਲ੍ਹੀ ਰੱਖੀਆਂ ਨੇ, ਜਾਂਦੇ ਨੇ, ਉਹ ਕਹਿੰਦੇ ਇੱਥੋਂ ਕੀ ਮਿਲਣਾ ਹੈ, ਇਹ ਤਾਂ ਗੁਰੂ ਨੇ ਦੇਣ ਲੱਗਿਆਂ ਬੜਾ ਲੰਬਾ ਸਮਾਂ ਲੱਗਣਾ, ਇੱਥੇ ਤਾਂ ਸਿਰਫ ਅਸੀਂ ਬਚਨ ਮੂੰਹੋਂ ਬੋਲਣਾ, ਗੱਲ ਪੂਰੀ ਹੋ ਜਾਣੀ ਹੈ, ਇਹ ਤਾਂ ਇੱਕ ਮਿੰਟ ਦੀ ਖੇਡ ਹੈ ਸਾਰੀ, ਬੜਾ ਕੁਝ ਮਿਲਿਆ। ਹੁਣ ਭੁੱਖੇ ਮੁੱਲਾਂ ਘਰੇ ਮਸੀਤ, ਅਤੇ ਗੁਰਦੇਵ ਜੀ ਨੇ ਤੀਜੀ ਗੱਲ ਕਹੀ, ਕਹਿੰਦੇ ਮਖੱਟੂ ਹੋਏ ਕਹਿ ਕੰਨ ਪੜਾਏ। ਪਾਗਾਂ ਵਾਲਿਓ, ਤੁਸੀਂ ਘਰਾਂ 'ਚ ਬੈਠੇ ਵੀ ਸਰਵਣ ਕਰ ਰਹੇ ਹੋ, ਜਦੋਂ ਬੱਚਾ ਕੰਮ ਕਾਰਨਾ ਕਰਦਾ ਹੋਵੇ, ਪਿਤਾ ਉਹਦੇ ਵਾਸਤੇ ਲਫ਼ਜ਼ ਵਰਦਾ ਹੈ ਮਖੱਟੂ, ਕੋਈ ਕੰਮ ਕਰ ਲੈ, ਮਖੱਟੂ ਲਫ਼ਜ਼ ਵਰਦਾ ਜਿਹੜਾ ਕੰਮ ਨਾ ਕਰਦਾ ਹੋਵੇ। ਗੁਰੂ ਨਾਨਕ ਪਿਤਾ ਮਹਾਰਾਜ ਜੋਗੀ ਨੂੰ ਕਹਿੰਦੇ ਮਖੱਟੂ ਹੋ ਗਿਆ, ਕੰਮ ਕਾਰ ਆਉਂਦਾ ਕੋਈ ਨਹੀਂ ਸੀ, ਕੀਤਾ ਕੋਈ ਨਹੀਂ, ਕਹਿੰਦਾ ਚਲੋ ਬੜਾ ਸੌਖਾ ਕੰਮ ਹੈ, ਕੰਮ 'ਚ ਕੰਨ 'ਚ ਕਰੋ ਮੋਰੀਆਂ, ਕੱਚ ਦੀਆਂ ਲਓ ਮੁੰਦਰਾਂ, ਕੰਨ 'ਚ ਪਾ ਲਓ, ਇੱਕ ਗੋਦੜੀ ਲੈ ਲਓ, ਇੱਕ ਡੰਡਾ ਲੈ ਲਓ, ਅਤੇ ਮੰਗਣ ਤੁਰ ਪਓ। ਬੜਾ ਸੌਖਾ ਕੰਮ ਹੈ ਤੀ, ਕਿਉਂਕਿ ਜਦੋਂ ਆਪਣੇ ਆਪ ਨੂੰ ਕੁਝ ਆਉਂਦਾ ਨਹੀਂ ਸੀ, ਉਹਨੇ ਕਿਹਾ ਮੰਗਣਾ ਬੜਾ ਸੌਖਾ ਹੈ। ਅਤੇ ਕਮਾਲ ਦੀ ਗੱਲ ਇਹ ਰਹੀ, ਗਿਆਨ ਤੋਂ ਸੱਖਣਾ, ਭੁੱਖੇ ਕੁਲ ਮੁੱਲਾਂ ਘਰੇ ਮਸੀਤ, ਮਖੱਟੂ ਇੱਕ ਕੰਨ ਪੜਾਏ, ਜਿਹੜੇ ਤਿੰਨੇ ਉਜਾੜ ਰਹੇ ਸਨ, ਅੱਜ ਇਹ ਤਿੰਨੇ ਜਾਣੇ ਮਨੁੱਖਤਾ ਨੂੰ ਆਸ਼ੀਰਵਾਦ ਦੇ ਰਹੇ ਨੇ। ਹੁਣ ਇਹ ਤਾਂ ਹੁਣ ਗੁਰੂ ਨਾਨਕ ਸਾਹਿਬ ਨੂੰ ਪੁੱਛ ਲਓ ਨਾ ਕਿ ਮਹਾਰਾਜ ਅਸੀਂ ਜਿੰਨਾ ਕੋਲ ਤੁਸੀਂ ਸਾਨੂੰ ਰੋਕਦੇ ਰਹੇ, ਅੱਜ ਤਾਂ ਜੋਗੀ ਪਿੰਡ 'ਚ ਆ ਜਾਏ, ਕਿਸੇ ਗਲੀ ਮੁਹੱਲੇ 'ਚ ਆ ਜਾਏ, ਚੰਗੀ ਕਮਾਈ ਕਰਕੇ ਜਾਂਦਾ ਹੈ, ਜੋਤਸ਼ੀ ਆ ਜਾਏ, ਪੰਧ ਆ ਜਾਏ, ਉਹ ਵੀ ਚੰਗੀ ਕਮਾਈ ਕਰਕੇ ਜਾਂਦਾ ਹੈ, ਕਿਸੇ ਦਾ ਕਾਲਾ ਇਲਮ ਵਿਖ ਰਿਹਾ ਹੈ, ਮਹਾਰਾਜ ਦੱਸੋ ਇਹਨਾਂ ਕੋਲ ਜਾਈਏ ਕਿ ਨਾ ਜਾਈਏ? ਦੂਜੇ ਜਾਣ 100 ਵਾਰ ਜਾਣ, ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਾਉਣ ਵਾਲਾ ਤਾਂ ਕਮ ਸੇ ਕਮ ਨਾ ਜਾਏ, ਕਮ ਸੇ ਕਮ ਉਹਨੂੰ ਤਾਂ ਸਮਝ ਲੱਗ ਜਾ ਕਿ ਮੈਂ ਨਹੀਂ ਜਾਣਾ। ਮਖੱਟੂ ਹੋਏ ਕਹਿ ਕੰਨ ਪੜਾਏ, ਫੱਕਰ ਕਰੇ, ਅੱਛਾ ਹੈਗਾ ਤਾਂ ਮਖੱਟੂ ਸੀ, ਮਾਂ ਬਾਪ ਵੱਲੋਂ ਮਖੱਟੂ ਸੀ, ਵੈਸੇ ਬਹੁਤੇ ਬੰਦੇ ਬਣੇ ਵੀ ਇੱਦਾਂ ਹੀ,
ਜਿਹੜੇ ਬਾਅਦ ਵਿੱਚ ਧਰਮੀ ਅਖਵਾਉਂਦੇ ਨੇ, ਸਾਧੂ ਮਹਾਤਮਾ ਬਣਦੇ ਨੇ, ਕਈਆਂ ਦੇ ਉੱਤੇ ਭੁੱਕੀਆਂ ਦੇ ਕੇਸ ਚੱਲਦੇ ਹੁੰਦੇ ਨੇ, ਉਹ ਜੇਲ੍ਹ ਜਾਂਦੇ ਨੇ ਅਤੇ ਮੁੜ ਕੇ ਉੱਥੋਂ ਹੀ ਅੰਦਰੋਂ ਹੀ ਨਾਮ ਜਪਦੇ ਬਾਹਰ ਆਉਂਦੇ ਨੇ, ਅਤੇ ਫਿਰ ਵੱਡੇ ਵੱਡੇ ਸਰਕਾਰੇ ਦਰਬਾਰੇ ਪਹੁੰਚ ਬੜੀ ਹੁੰਦੀ ਹੈ। ਮਾਪੇ ਕਹਿੰਦੇ ਇਹ ਤਾਂ ਕੰਮ ਕਰਨ ਜੋਗਾ ਨਹੀਂ ਸੀ। ਬਹੁਤਿਆਂ ਵੇਖਣਾ, ਬਹੁਤਿਆਂ ਨੂੰ ਆਪਣੇ ਮਾਂ ਬਾਪ ਨਹੀਂ ਮੰਨਦੇ ਹੁੰਦੇ, ਉਹਨਾਂ ਨੂੰ ਪਤਾ ਹੁੰਦਾ ਇਹ ਤਾਂ ਸਾਡੇ ਕੰਮ ਜੋਗਾ ਨਹੀਂ ਸੀ। ਲੋਕ ਇਹਨੂੰ ਮਹਾਤਮਾ ਕਹੀ ਜਾਂਦੇ ਨੇ, ਸਾਡੇ ਤਾਂ ਕਦੀ ਇੱਕ ਮੱਝ ਨੂੰ ਪੱਠੇ ਨਹੀਂ ਪਾਏ ਨੇ, ਹੁਣ ਇਹ ਕੌਮ ਦੀ ਅਗਵਾਈ ਕਰ ਰਿਹਾ। ਸਾਡੇ ਤਾਂ ਕਦੀ ਇੱਕ ਕਿੱਲੇ ਨੂੰ ਕਦੀ ਪਾਣੀ ਨਹੀਂ ਸੀ ਲਾਇਆ ਇਸਨੇ। ਮਖੱਟੂ ਹੋ ਕੇ ਵਿਹਲੜ ਹੋ ਕੇ ਕੰਨ 'ਚ ਮੋਰੀ ਕਰਾ ਲਈ ਅਤੇ ਫਕਰ ਕਰੇ, ਹੁਣ ਫਕਰ ਬਣ ਗਿਆ। ਕਹਿੰਦੇ ਜੀ ਇਹ ਤਾਂ ਫਕਰ ਹੈ ਜੀ, ਮਸਤਾਨਾ ਹੈ, ਜੋ ਕਹਿਣੇ ਦਿੱਤਾ ਖਾ ਲਿਆ, ਕੋਈ ਮੰਗ ਨਹੀਂ ਜੀ। ਹੁਣ ਮੰਗ ਵੀ ਕਿਵੇਂ ਰੱਖੇ, ਹੱਕ ਥੋੜ੍ਹਾ ਕੋਈ ਵੀ ਪੈਸੇ ਦਿੱਤੇ ਨੇ ਵੀ ਤਾਂ ਕੋਈ ਦੇਵੇ, ਜੋ ਮਿਲ ਗਿਆ ਉਹ ਖਾ ਲੈਣਾ ਹੈ। ਫਕਰ ਕਰੇ ਹੋਰ ਜਾਤ ਗਵਾਏ, ਜਾਤ ਗਵਾਉਣ ਦਾ ਅਰਥ ਹੈ ਆਪਣੇ ਪਰਿਵਾਰ ਦੀ ਅਣਖ ਗਵਾ ਲਈ। ਦਾਦੇ ਪੜਦਾਦੇ ਤਾਂ ਯੁਰਤ ਵਾਲੇ ਸਨ, ਜਿਹੜੇ ਦੂਜਿਆਂ ਨੂੰ ਦੇਣ ਵਾਲੇ ਸਨ। ਇੱਕ ਇਹੋ ਜਿਹਾ ਮਖੱਟੂ ਪੈਦਾ ਹੋਇਆ ਜਿਹਨੇ ਆਪਣੇ ਪਰਿਵਾਰ ਦੀ ਅਣਖ ਹੀ ਗਵਾ ਦਿੱਤੀ, ਪਰਿਵਾਰ ਦੀ ਗੈਰਤੀ ਮੁਕਾ ਦਿੱਤੀ। ਮਖੱਟੂ ਹੋਏ ਕਿ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਆਪਣੀ ਅਣਖ ਪਰਿਵਾਰ ਦੀ ਗਵਾ ਬੈਠਾ। ਅਤੇ ਗੁਰੂ ਮਹਾਰਾਜ ਫਿਰ ਕਰੀਏ ਕੀ ਹੈ, ਜੇ ਤਿੰਨਾਂ ਦੀਆਂ ਤੁਸੀਂ ਗੱਲਾਂ ਸਾਨੂੰ ਦੱਸ ਦਿੱਤੀਆਂ, ਫਿਰ ਕਰੀਏ ਕੀ? ਸਾਹਿਬ ਜੀ ਹੁਣ ਦੱਸ ਰਹੇ ਨੇ ਵੀ ਕਰਨਾ ਕੀ ਹੈ। ਘਾਲ ਖਾਏ, ਘਾਲ ਕਿਰਤ ਕਰਨ ਵਾਲਾ, ਦੁਕਾਨ ਕਰਨ ਵਾਲਾ, ਖੇਤੀ ਕਰਨ ਵਾਲਾ, ਕਾਰਖਾਨਾ ਚਲਾਉਣ ਵਾਲਾ, ਰਿਕਸ਼ਾ ਚਲਾਉਣ ਵਾਲਾ, ਮਿਹਨਤ ਮਜ਼ਦੂਰੀ ਕਰਨ ਵਾਲਾ, ਆਪਣੀ ਕਿਰਤ ਕਰਨ ਵਾਲਾ, ਘਾਲ ਖਾਏ ਕਿਸ ਹੱਥੋਂ ਦੇ, ਕਿਰਤ ਕਰਨ ਵਾਲਾ ਨਾਲੇ ਕੁਝ ਦਿੰਦਾ ਵੀ ਹੈ ਕਿਸੇ ਨੂੰ, ਲੋੜਵੰਦਾਂ ਦੀ ਸੇਵਾ ਵੀ ਕਰਦਾ ਹੈ। ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਹੇ ਨਾਨਕ, ਆਹ ਅਸਲੀ ਰਸਤਾ ਹੈ ਹੀ ਇਹੋ, ਇਹ ਉਸਦਾ ਨਾਮ ਜਪਣਾ ਹੈ। ਇਹਦੇ ਨਾਲ ਹੀ ਤ੍ਰਿਪਤੀ ਹੋਣੀ, ਇਹਦੇ ਨਾਲ ਹੀ ਭੁੱਖ ਮਿਟਣੀ ਹੈ, ਇਹਦੇ ਨਾਲ ਹੀ ਤੂੰ ਅੰਦਰੋਂ ਰੱਜਣਾ ਹੈ ਅਤੇ ਤ੍ਰਿਪਤ ਹੋਣਾ ਹੈ। ਇਹੋ ਅਸਲੀ ਟਿਕਾਣਾ ਹੈ, ਇਹੋ ਹੀ ਥਾਂ ਹੈ ਜਿਹਦੇ ਨਾਲ ਤੂੰ ਰੱਜ ਸਕਦਾ ਹੈ। ਹੁਣ ਗੁਰੂ ਪਿਤਾ ਜੀ ਨੇ ਸਾਨੂੰ ਬੜੀ ਪਿਆਰੀ ਬੁਝਾਰਤ ਬੁਝਾ ਦਿੱਤੀ ਹੈ, ਸਤਿਗੁਰ ਨਾਮ ਬੁਝਾਇਆ। ਸਤਿਗੁਰ ਨੇ ਨਾਮ ਦੀ ਬੁਝਾਰਤ ਬੁਝਾ ਦਿੱਤੀ ਕਿ ਨਾਮ ਕੀ ਹੈ, ਉਹਦੇ ਗੁਣ ਧਾਰਨ ਕਰਨੇ, ਉਹਦੀ ਵਿਚਾਰ ਆਪਣੇ ਜੀਵਨ 'ਚ ਲੈ ਕੇ ਆਉਣੀ। ਅੱਜ ਤੋਂ ਕਈ ਵਾਰ ਸਾਡੀ ਕੌਮ 'ਚ ਇੱਕ ਨਵੀਂ ਪ੍ਰਥਾ ਚੱਲੀ ਹੈ, ਜੇ ਕੋਈ ਰਾਗੀ ਵੀਰ ਵੀ ਸੁਣਦਾ ਹੋਵੇ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ, ਕਦੀ ਕੌਮ ਦੇ ਪੰਥ ਦਰਦੀ ਬੈਠ ਕੇ ਇਸ 'ਤੇ ਵਿਚਾਰ ਕਰੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹਾਂ ਸ਼ਬਦਾਂ ਵਿੱਚ ਨਾਮ ਆਉਂਦਾ, ਕਈ ਵਾਰੀ ਉੱਥੇ ਹੀ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕੀਤਾ ਜਾਂਦਾ ਹੈ, ਹਰਜ ਕੋਈ ਨਹੀਂ ਹੈ ਕਹਿਣਾ, ਪਰ ਜਦੋਂ ਉੱਥੇ ਕੀਤਾ ਜਾਂਦਾ ਸੰਗਤ ਨੂੰ ਇੰਝ ਭੁਲੇਖਾ ਪੈਂਦਾ ਕਿ ਜਿਵੇਂ ਗੁਰੂ ਅਰਜਨ ਸਾਹਿਬ ਨੂੰ ਚੇਤਾ ਭੁੱਲ ਗਿਆ ਸੀ ਲਿਖਣ ਦਾ। ਇਹ ਸੋਧ ਅਸੀਂ ਕਰ ਰਹੇ ਹੁਣ, ਇਹ ਸੁਧਾਈ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਕਿ ਇੱਥੇ ਹੁਣ ਨਾ ਭੁਲੇਖਾ ਪੈ ਜਾਂਦਾ ਕਈ ਵਾਰ। ਜੇ ਚਾਰ ਪੰਜ ਸ਼ਬਦ ਪੜ੍ਹਨੇ ਤਾਂ ਚਾਰ ਪੰਜ ਸ਼ਬਦ ਨਿਰੋਲ ਪੜ੍ਹੇ ਜਾਣ, ਉਹ ਜਦੋਂ ਇੱਕ ਨੇ ਪੜ੍ਹਿਆ ਦੂਜੇ ਨੇ ਵੀ ਪੜ੍ਹਨਾ ਸ਼ੁਰੂ ਕਰਤਾ, ਤੀਜੇ ਨੇ ਵੀ ਪੜ੍ਹਨਾ ਸ਼ੁਰੂ ਕਰਤਾ ਅਤੇ ਭੁਲੇਖਾ ਇਹ ਪੈ ਗਿਆ ਬਾਣੀ ਪੜ੍ਹਨੀ ਹੋਰ ਹੈ, ਨਾਮ ਜਪਣਾ ਹੋਰ ਹੈ। ਭਲੇ ਇਨਸਾਨ, ਬਾਣੀ ਨੂੰ ਵਿਚਾਰ ਇਹਨੂੰ ਆਪਣੇ ਜੀਵਨ ਵਿੱਚ ਧਾਰ ਕਰਕੇ ਵੇਖ, ਇਹੋ ਹੀ ਪਰਮਾਤਮਾ ਦਾ ਨਾਮ ਜਪਣਾ ਹੈ। ਕਦੀ ਇਸ ਗਹਿਰਾਈ ਨੂੰ ਆਪਣੇ ਜੀਵਨ 'ਚ ਵਾਚ ਕੇ ਵੇਖੀਏ। ਕਈ ਵਾਰੀ ਸਾਨੂੰ ਇੰਝ ਭੁਲੇਖਾ ਲੱਗਦਾ, ਉੱਥੇ ਫਿਰ ਇੰਨੀ ਜ਼ੋਰ ਦੇ ਨਾਲ ਆ ਇੱਕ ਨਵੀਂ ਪ੍ਰਥਾ ਬਾਬਾ ਪੈਦਾ ਹੋਇਆ। ਵੈਸੇ ਅਜੇ ਲਫ਼ਜ਼ 'ਤੇ ਉਹਦੇ ਨਾਲ ਭਾਈ ਲੱਗਾ ਹੈ, ਬਾਬਾ ਤਾਂ ਨਹੀਂ ਲਿਖਵਾਇਆ, ਪਰ ਕੰਮ ਬਾਬਿਆਂ ਵਾਲੇ ਨੇ। ਉਹ ਸੰਗਤਾਂ ਕੋਲੋਂ ਨਾਮ ਇਸ ਤਰੀਕੇ ਨਾਲ ਜਪਾਉਂਦਾ, ਕਹਿੰਦਾ ਮੈਂ ਵਾਹ ਕਹਾਂਗਾ, ਤੁਸੀਂ ਅੱਗਿਓਂ ਗੁਰੂ ਕਹਿਣਾ ਹੈ। ਇਹ ਮੁਕਾਬਲਾ ਹੋਏਗਾ, ਲੜਾਈ ਹੋਏਗੀ ਆਪਸ ਵਿੱਚ, ਇੱਧਰੋਂ ਵਾਹ ਕਿਹਾ ਜਾਣਾ, ਤੁਸੀਂ ਗੁਰੂ ਕਹਿਣਾ, ਵਾਹ ਦਾ ਵਾਰ ਹੋਣਾ ਹੈ, ਗੁਰੂ ਨੇ ਜਵਾਬ ਦੇਣਾ, ਵਾਹ ਗੁਰੂ, ਇੱਦਾਂ ਮੁਕਾਬਲਾ ਹੋਣਾ। ਕਈਆਂ ਦੀਆਂ ਪੱਗਾਂ ਲੈ ਗਈਆਂ, ਕਰਦਿਆਂ ਕਰਦਿਆਂ ਵਾਲ ਖੁੱਲ੍ਹ ਗਏ। ਯੂਟਿਊਬ ਦੇ ਉੱਤੇ ਜਾ ਕੇ ਵੇਖ ਸਕਦੇ ਹੋ, ਦਾਸ ਨੇ ਤਾਂ ਡਾਊਨਲੋਡ ਕਰਕੇ ਆਪਣੇ ਲੈਪਟੋਪ 'ਚ ਰੱਖੀਆਂ ਵੀ ਕੋਈ ਪੁੱਛ ਲੈ ਅਤੇ ਵੇਖ ਲੈ। ਬਾਅਦ ਵਿੱਚ ਚਲਾ ਕੇ ਇਹਨਾਂ ਨੇ ਡਿਲੀਟ ਕਰ ਦਿੰਦੇ ਨੇ ਵੀ ਪਤਾ ਲੱਗ ਗਿਆ ਹੁਣ ਪਬਲਿਕ ਨੂੰ, ਸਾਡੇ ਬਾਰੇ ਦੱਸੋ ਨਾ ਵੀ ਅਸੀਂ ਕੀ ਕਰ ਰਹੇ ਹਾਂ, ਕਹਿੰਦੇ ਵਾਹ ਦਾ। ਅਤੇ ਸਿਆਣੇ ਸਿਆਣੇ ਅਤੇ ਕਈ ਨੌਜਵਾਨ ਵੀ ਉੱਥੇ ਗਏ ਹੋ, ਇੱਕ ਦੂਜੇ ਵੱਲ ਵੇਖ ਰਹੇ ਨੇ, ਦਸਤਾਰਾਂ ਲੱਥ ਰਹੀਆਂ ਨੇ, ਕੇਸ ਖੁੱਲ੍ਹ ਰਹੇ ਨੇ। ਇਹ ਕੌਮ ਦੀ ਕੀ, ਕੌਮ ਦੇ ਆਗੂਆਂ ਦਾ, ਧਰਮੀ ਅਖਵਾਉਣ ਵਾਲਿਆਂ ਦੇ ਇੱਧਰ ਕੋਈ ਧਿਆਨ ਨਹੀਂ ਕਿ ਗਫਲਤ ਦੀ ਨੀਂਦ ਵਿੱਚ ਸੁੱਤੇ ਹੋਏ ਹਾਂ, ਸਾਨੂੰ ਹੁਣ ਕੋਈ ਧਿਆਨ ਨਹੀਂ। ਥੋੜ੍ਹਾ ਜਿਹਾ ਸਾਸ ਤੋਂ ਉੱਪਰ ਉੱਠ ਕੇ ਇੱਧਰ ਧਿਆਨ ਦੇਈਏ ਕਿ ਹਰ ਬੰਦਾ ਉੱਠ ਕੇ ਕੌਮ ਦੀ ਅਗਵਾਈ ਕਰਨ ਤੁਰ ਪੈਂਦਾ ਹੈ। ਗੁਰੂ ਨਾਨਕ ਸਾਹਿਬ ਨੂੰ ਪਛਾੜਤਾ ਪਿੱਛੇ, ਗੁਰੂ ਨਾਨਕ ਸਾਹਿਬ ਨੇ ਜਿਹੜੀ ਨਾਮ ਜਪਣ ਦੀ ਪਰਿਭਾਸ਼ਾ ਦੱਸੀ ਉਹ ਰਹਿਣ ਦਿੱਤੀ ਪਿੱਛੇ, ਆਪਣੇ ਆਪਣੇ ਤਰੀਕੇ ਅਪਣਾਏ ਜਾ ਰਹੇ ਨੇ। ਅਤੇ ਮੈਂ ਬੇਨਤੀ ਕਰਦਾ, ਜੇ ਉਹਨਾਂ ਦਾ ਕੋਈ ਪੈਰੋਕਾਰ ਚੇਲਾ ਵੀ ਸੁਣਦਾ ਹੋਵੇ
ਅਤੇ ਹੱਥ ਜੋੜ ਕੇ ਬੇਨਤੀ ਹੈ, ਬੈਠੋ ਵਿਚਾਰ ਕਰੋ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਨਾਮ ਜਪਣ ਦੀ ਪਰਿਭਾਸ਼ਾ ਦੱਸੀ ਸੀ, ਉਹ ਜੀਵਨ ਜਾਚ ਸੀ, ਉਹ ਨਿਕਲ ਗਈ ਪਰਿਵਾਰਾਂ 'ਚੋਂ, ਸਮਾਜ 'ਚੋਂ ਨਿਕਲ ਗਈ। ਕਿਸੇ ਦੀ ਆਪਣੇ ਬੱਚਿਆਂ ਨਾਲ ਨਹੀਂ ਬਣ ਰਹੀ, ਕਿਸੇ ਦੇ ਪਰਿਵਾਰਕ ਤਲਾਕ ਹੋ ਰਹੇ ਨੇ, ਘਰਾਂ ਦੇ ਵਿੱਚ ਬਖੇੜੇ ਪਏ ਹੋਏ ਨੇ, ਇਹ ਬੈਠ ਕੇ ਦੁਬਦਾਵਾਂ ਦੂਰ ਵਿਚਾਰ ਨਾਲ ਹੋਣਗੀਆਂ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ, ਲਿਵ ਲਾਏ ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਵਿਚਾਰਾਂ ਕਰਕੇ ਪਰਿਵਾਰਾਂ ਦੀਆਂ ਦੁਬਦਾਵਾਂ ਨਾਸ਼ ਹੋਣਗੀਆਂ, ਆਪਣੀਆਂ ਕਮੀਆਂ ਬਾਰੇ ਪਤਾ ਲੱਗੇ, ਆਪਣੀਆਂ ਕਮੀਆਂ ਦੂਰ ਕੀਤੀਆਂ ਜਾਣ, ਤਾਂ ਕਿ ਕੌਮ ਇੱਕ ਸਹੀ ਰਸਤੇ 'ਤੇ ਤੁਰ ਸਕੇ। ਪਰ ਨਹੀਂ, ਇਹੋ ਜਿਹੇ ਬੰਦਿਆਂ ਨੂੰ ਪਰਮਿਸ਼ਨ ਮਿਲ ਜਾਂਦੀ ਹੈ, ਕਿਉਂਕਿ ਉਹਨਾਂ ਦੀ ਕੋਲ ਪਹੁੰਚ ਐਸੀ ਹੁੰਦੀ ਹੈ, ਉਹ ਜਦੋਂ ਲਿਫਾਫਾ ਭਰ ਕੇ ਦਿੰਦੇ ਨੇ, ਆਗੂਆਂ ਦੇ ਵੀ ਮੂੰਹ ਬੰਦ ਹੋ ਜਾਂਦੇ ਨੇ, ਕਹਿੰਦਾ ਛੱਡੋ ਆਪਾਂ ਕੀ ਲੈਣਾ ਹੈ। ਵੱਡੇ ਵੱਡੇ ਬੰਦਿਆਂ ਦੇ ਮੂੰਹ ਬੰਦ ਹੋ ਜਾਂਦੇ ਨੇ, ਕਹਿੰਦੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵਾਲ ਖਿਲਾਰ ਕੇ ਸਿਰ ਘੁਮਾਵੇ, ਕੋਈ ਧੂਣੀਆਂ ਤਾਵੇ, ਸਾਨੂੰ ਇਸ ਨਾਲ ਕੀ ਮਤਲਬ? ਪਾਗਾਂ ਵਾਲੇ ਉਹ ਇੱਕ ਗੁਰਸਿੱਖ ਹੋਣ ਦੇ ਨਾਤੇ ਸਾਨੂੰ ਜਾਗਣਾ ਪੈਣਾ ਹੈ। ਬਹੁਤ ਵੱਡੀ ਜ਼ਿੰਮੇਵਾਰੀ ਹੈ ਮੇਰੇ ਮਾਲਕ ਨੇ ਸਾਡੇ 'ਤੇ ਪਾਈ, ਬਹੁਤ ਵੱਡਾ ਸਿੱਖੀ ਅਸੂਲਾਂ ਦਾ ਘਰ ਸਾਡੇ ਸਪੁਰਦ ਕੀਤਾ, ਸਾਡੇ ਹਵਾਲੇ ਕੀਤਾ ਹੈ ਕਿ ਇਹ ਬੱਚੇ ਇਸ ਘਰ ਨੂੰ ਸਾਂਭ ਕੇ ਇਹਦੇ ਵਿੱਚ ਚੋਰ ਨੂੰ ਨਾ ਵੜਨ ਦੇਣ। ਇਸ ਘਰ ਦੀ ਰਖਵਾਲੀ ਕਰਨਾ ਫਰਜ਼ ਹੈ ਇੱਕ ਸਿੱਖ ਦਾ। ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਸਤਿਗੁਰ ਨਾਮ ਬੁਝਾਇਆ, ਮੇਰੇ ਸਤਿਗੁਰ ਨੇ ਮੈਨੂੰ ਨਾਮ ਬੁਝਾ ਦਿੱਤਾ, ਮੈਂ ਨਾਮ ਬੁਝ ਲਿਆ, ਮੈਨੂੰ ਪਤਾ ਲੱਗ ਗਿਆ ਹੁਣ ਮੈਂ ਜੀਵਨ ਕਿਵੇਂ ਜਿਉਣਾ ਹੈ। ਮੈਂ ਕੋਈ ਦੋ ਨੰਬਰ ਦੀ ਕਮਾਈ ਨਹੀਂ ਕਰਨੀ, ਸੱਚੀ ਸੁੱਚੀ ਕਿਰਤ ਕਰਨੀ ਹੈ, ਘਾਲ ਖਾਏ ਕਿਸ ਹੱਥੋਂ ਦੇ, ਨਾਨਕਰਾ ਪਛਾਣੇ ਛੇ ਦੇ ਪੰਧ ਹੀ ਬਣਨਾ ਹੈ। ਸਤਿਗੁਰ ਨਾਮ ਬੁਝਾਇਆ, ਵਿਣ ਨਾਮ ਹੈ ਬਿਨਾਂ ਨਾਮ ਤੋਂ ਭੁੱਖ ਨਾ ਜਾਈ, ਮੈਂ ਰੱਜਣਾ ਨਹੀਂ। ਇੱਥੇ ਭੁੱਖ ਦਾ ਅਰਥ ਕੇਵਲ ਪ੍ਰਸ਼ਾਦੇ ਹੀ ਨਹੀਂ, ਇੱਥੇ ਭੁੱਖ ਵੀ ਤਾਂ ਬੜੀਆਂ ਕਿਸਮਾਂ ਦੀ ਹੁੰਦੀ ਹੈ, ਦੁੱਖ ਵਿਛੋੜਾ ਇੱਕ ਦੁੱਖ, ਭੁੱਖ ਭੁੱਖ ਵੀ ਇੱਕ ਦੁੱਖ ਹੈ, ਪਦਾਰਥਾਂ ਦੀ ਭੁੱਖ, ਆਗੂ ਪੁਣੇ ਦੀ ਭੁੱਖ, ਵੱਡੇ ਬਣ ਦੀ ਭੁੱਖ, ਭੁੱਖ ਦੇ ਕਿਤੇ ਇੱਕ ਇੱਕ ਰੂਪ ਨੇ, ਦੁੱਖ ਵਿਛੋੜਾ ਇੱਕ ਦੁੱਖ, ਭੁੱਖ ਇੱਕ ਦੁੱਖ, ਸਖਤ ਵਾਰ ਜਮਦੂਤ ਇੱਕ ਦੁੱਖ, ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਸਤਿਗੁਰੂ ਜੀ ਕਹਿੰਦੇ ਭੁੱਖ ਦੇ ਬੜੇ ਵੱਡੇ ਵੱਡੇ ਰੂਪ ਨੇ, ਇਹ ਤ੍ਰਿਪਤੀ ਕਦੋਂ ਹੋਣੀ ਹੈ? ਜਦੋਂ ਸੱਚ ਨਾਲ ਜੁੜੇਗਾ, ਸੱਚ ਨਾਲ ਸਾਂਝ ਪਾਏਗਾ। ਨਾਨਕ ਭੁੱਖਾ ਤਾਂ ਰੱਜੇ ਜੇ ਗੁਣ ਕੇ ਗੁਣੀ ਸਮਾਏ, ਭੁੱਖਾ ਰੱਜੇਗਾ ਹੀ ਤਾਂ ਜੇ ਉਹਦੇ ਵਰਗੇ ਗੁਣ ਆ ਗਏ ਤਾਂ ਰੱਜ ਆਏਗਾ, ਜੇ ਮਾਲਕ ਵਰਗੇ ਗੁਣ ਆ ਗਏ ਤਾਂ ਤ੍ਰਿਪਤ ਹੋ ਜਾਏਗਾ। ਸਤਿਗੁਰ ਨਾਮ ਬੁਝਾਇਆ, ਵਿਣ ਨਾਮੈ ਭੁੱਖ ਨਾ ਜਾਈ, ਨਾਮੈ ਤ੍ਰਿਸ਼ਨਾ ਅਗਨ ਬੁਝੈ। ਗੁਰੂ ਵੱਲੋਂ ਦਿੱਤੇ ਹੋਏ ਨਾਮ ਨਾਲ, ਗੁਰੂ ਵੱਲੋਂ ਦਿੱਤੇ ਹੋਏ ਸਬਕ ਨਾਲ, ਹੁਣ ਮੇਰੀ ਅੰਦਰ ਦੀ ਤ੍ਰਿਸ਼ਨਾ ਦੀ ਅੱਗ ਬੁਝ ਗਈ, ਤ੍ਰਿਸ਼ਨਾ ਬੁਝ ਗਈ, ਸੰਤੋਖ ਆ ਗਿਆ, ਸੰਤੋਖ ਆ ਗਿਆ, ਜ਼ਿੰਦਗੀ ਜਿਉਣ ਦਾ ਤਰੀਕਾ ਆ ਗਿਆ। ਨਾਮੇ ਤ੍ਰਿਸ਼ਨਾ ਅਗਨ ਬੁਝੈ, ਨਾਮ ਮਿਲੈ ਤਿਸੈ ਰਜਾਈ। ਅਤੇ ਨਾਮ ਮਿਲਦਾ ਗੁਰੂ ਦੀ ਰਜਾ ਵਿੱਚ ਤੁਰਿਆ, ਇਹ ਸਿੱਖਿਆ ਗੁਰੂ ਦੀ ਰਜਾ ਵਿੱਚ ਤੁਰਿਆ ਪ੍ਰਾਪਤ ਹੁੰਦੀ ਹੈ। ਗੁਰਾ ਇੱਕ ਦੇ ਬੁਝਾਈ, ਇੱਕ ਸਮਝ ਹੈ ਮੈਨੂੰ, ਮੈਨੂੰ ਇੱਕ ਸਮਝ ਦੇ ਦੇ, ਕਿਹੜੀ ਇੱਕ ਸਮਝ? ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਮੈਨੂੰ ਇਹ ਸਮਝ ਦੇ ਦੇ ਕਿ ਦਾਤਾ ਇੱਕੋ ਹੀ ਹੈ, ਇਹ ਸਮਝ ਲੈਣ ਆਇਆ ਦਾਤਾ ਤੁਹਾਡੇ ਕੋਲੋਂ, ਦਾਤਾ ਇੱਕੋ ਹੀ ਹੈ, ਦਾਤੇ ਜ਼ਿਆਦਾ ਨਹੀਂ ਹੁੰਦੇ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਮੈਂ ਭੁੱਲਾਂ ਨਾ। ਇਹ ਮੇਰੇ ਅੰਦਰ ਪਕਾ ਦਿਓ, ਗੰਢ ਵੱਜ ਜਾਏ ਮੇਰੇ ਅੰਦਰ, ਮੈਂ ਸਤਿਗੁਰ ਦੇ ਬਚਨਾਂ ਨੂੰ ਆਪਣੇ ਪੱਲੇ ਬੰਨ ਲਾਂ। ਸੱਤ 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 ਹਰ, ਸੱਤ ਸੱਤ ਸਦਾ, ਬਚਨ ਗੁਰੂ ਜੋ ਪੂਰੇ ਕਹਿਓ, ਮੈਂ ਸ਼ੀਕ ਗਾਂਠੜੀ ਬਾਂਧਾ। ਮੇਰੇ ਗੁਰੂ ਨੇ ਜਿਹੜੇ ਪੂਰੇ ਬਚਨ ਕਹੇ, ਵਿਚਾਰਾਂ ਦਿੱਤੀਆਂ, ਮੈਂ ਆਪਣੇ ਪੱਲੇ ਬੰਨ ਲਈਆਂ, ਮੈਨੂੰ ਪਤਾ ਸੀ ਕੰਮ ਹੀ ਉਹ ਆਉਣੀਆਂ ਨੇ, ਇਹਦੇ ਨਾਲ ਮੈਂ ਰੱਜ ਗਿਆ, ਮੈਂ ਤ੍ਰਿਪਤ ਹੋ ਗਿਆ। ਪਹਿਲਾ ਬੰਦ, ਆਸਾਂ ਆਸਾਂ ਆਸ ਕਰੇ ਸਭ ਕੋਈ, ਆਸਾਂ ਵਿੱਚ ਹੀ ਜ਼ਿੰਦਗੀ ਜੂਈ ਜਾ ਰਹੀ ਹੈ, ਆਸਾਂ ਲਾਈਆਂ ਜਾ ਰਹੀਆਂ ਨੇ, ਆਹ ਵੀ ਮਿਲ ਜਾਏ, ਆਹ ਵੀ ਮਿਲ ਜਾਏ। ਵੈਸੇ ਤੋਤਿਆਂ ਨੇ ਵੀ ਆਸ ਲਾਈ ਸੀ, ਅਸੀਂ ਵੀ ਆਸ ਲਾਉਂਦੇ ਹਾਂ, ਆਸਾ ਕੀ ਵਾਰ? ਸਿੰਬਲ ਰੁੱਖ ਸਰਾਏਰਾ, ਅਤ ਦੀਰ ਗਿਆ ਤਮੁੱਚ,
ਸਿਮਰ ਰੁੱਖ ਲੰਮਾ ਤਾਂ ਬੜਾ ਹੁੰਦਾ ਹੈ, ਕਈਆਂ ਨੂੰ ਗੁਰੂ ਨਾਨਕ ਸਾਹਿਬ ਦੀ ਇਸ ਬਾਣੀ ਨਾਲੋਂ ਹੋਰ ਉੱਚੇ ਲੰਮੇ ਜਾਪਦੇ ਨੇ, ਖਿੱਚ ਪਾਉਣ ਵਾਲੇ ਜ਼ਿਆਦਾ ਜਾਪਦੇ ਨੇ। ਇਹ ਜੀਵ ਤੋਤੇ ਦੀ ਨਿਆਈ ਕਹਿੰਦਾ ਇੱਥੋਂ ਤਾਂ ਮਿਲਣਾ ਨਹੀਂ, ਉੱਡ ਕੇ ਉੱਥੇ ਨਾ ਜਾਈਏ, ਉੱਥੇ ਜਾ ਕੇ ਵੇਖ ਲਈਏ। ਸਿਮਲ ਰੁੱਖ ਸਰਾਏਰਾ ਅਤ ਦੀਰਗ ਅਤ ਮੁੱਚ ਓਏ ਜੇ ਆਵੇਂ। ਜਿਹੜਾ ਗੁਰੂ ਨੂੰ ਛੱਡ ਕੇ ਕਿਤੇ ਹੋਰ ਜਾਂਦਾ, ਜਾਂਦਾ ਤਾਂ ਆਸ ਲਾ ਕੇ ਹੀ ਆ ਨਾ, ਵੀ ਇੱਥੋਂ ਮੇਰੀ ਆਸ ਨਹੀਂ ਪੂਰੀ ਹੋਈ, ਉੱਥੋਂ ਹੋ ਜਾਣੀ ਹੈ। ਓਏ ਜੇ ਆਵੇਂ ਆਸ ਕਰ ਜਾਏ ਨਿਰਾਸ਼ੇ ਕਿਤ। ਹੁਣ ਨਿਰਾਸ਼ ਹੋ ਕੇ ਕਦੋਂ ਗਏ, ਚੁੰਝ ਮਾਰ ਕੇ ਵੇਖੀ। ਆ ਬਹੁਤੇ ਭਟਕ ਕੇ ਸਾਧੂ ਮਹਾਤਮਾ ਕੋਲੋਂ ਬਾਬਿਆਂ ਕੋਲੋਂ ਫਿਰ ਆਉਂਦੇ ਨੇ, ਕਹਿੰਦੇ ਜੀ ਚੁੰਝਾਂ ਮਾਰ ਮਾਰ ਵੇਖ ਲਈਆਂ, ਕੋਲ ਰਹਿ ਰਹਿ ਕੇ ਵੇਖ ਲਿਆ, ਗੱਲ ਨਹੀਂ ਬਣੀ, ਭੋਜਨ ਨਹੀਂ ਮਿਲਿਆ ਉੱਥੋਂ ਸੰਤੁਸ਼ਟੀ ਦਾ, ਤ੍ਰਿਪਤ ਨਹੀਂ ਹੋ ਸਕੇ। ਜਦੋਂ ਕੋਲ ਜਾ ਕੇ ਵੇਖਿਆ ਤਾਂ ਕੁਝ ਹੋਰ ਹੀ ਸੀ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬੱਗ ਬੱਪੜਾ ਜੇ ਪਤਾ ਹੁੰਦੀ ਵੀ ਇਹ ਤਾਂ ਹੈਗਾ ਤਾਂ ਬਗਲਾ ਸੀ, ਪਹਿਰਾਵਾ ਹੰਸ ਵਾਲਾ ਸੀ, ਤਾਂ ਜਨਮ ਨਾ ਦਿੰਦੀ ਅੰਗ, ਵੀ ਕਿਤੇ ਭੁੱਲ ਕੇ ਵੀ ਕੋਲ ਨਾ ਬੈਠਦੀ। ਸਿਮਲ ਰੁੱਖ ਸਰਾਏਰਾ ਅਤ ਦੀਰ ਗਿਆ ਤਮੁੱਚ ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸ਼ੇ ਕਿਤ। ਫਲ ਫਿੱਕੇ ਫੁੱਲ ਬਕ ਬਕੇ, ਫਲ ਫਿੱਕੇ ਨੇ ਅਤੇ ਫੁੱਲ ਬਕ ਬਕੇ ਨੇ, ਕੋਈ ਤੱਤ ਨਹੀਂ ਮਿਲਿਆ, ਕੋਈ ਬਚਨਾਂ 'ਚੋਂ ਵਿਚਾਰ ਨਹੀਂ ਮਿਲੀ, ਕੋਈ ਜੀਵਨ ਜਿਉਣ ਦਾ ਤਰੀਕਾ ਨਹੀਂ ਪ੍ਰਾਪਤ ਹੋ ਸਕਿਆ। ਕਹਿਤੇ ਉਹ ਕਹਿਤੀ ਸੁਣੀ ਰਹਿਤ ਕੋ, ਖੁਸ਼ੀ ਨਾ ਆਇਓ, ਫਲ ਫਿੱਕੇ ਫੁੱਲ ਬਕ ਬਕੇ। ਕੰਮ ਨਾ ਆਵੇਂ ਪਤ, ਵਾਪਸ ਤੋਤੇ ਤਾਂ ਫਿਰ ਚੰਗੇ ਨਿਰਾਸ਼ ਹੋ ਕੇ ਤਾਂ ਆ ਗਏ, ਅਸੀਂ ਤਾਂ ਨਿਰਾਸ਼ ਹੋ ਕੇ ਵੀ, ਤੋਤਿਆਂ ਨੇ ਕਈਆਂ ਨੂੰ ਜਾ ਕੇ ਦੱਸਿਆ ਹੋਣਾ ਨਾ ਜਾਇਓ ਉੱਥੇ, ਸਾਨੂੰ ਐਵੇਂ ਸਫ਼ਰ ਪਿਆ ਜੇ, ਵਿਅਰਥ ਹੀ ਆਏ ਹਾਂ ਵਾਪਸ। ਸਾਡੇ ਤਾਂ ਫਿਰ ਆਣ ਕੇ ਨਹੀਂ ਦੱਸਦੇ, ਘਰ ਹੀ ਬਹਿ ਜਾਂਦੇ ਨੇ ਆਣ ਕੇ, ਕਹਿੰਦੇ ਚਲੋ ਦੂਜੇ ਵੀ ਆਪੇ ਚੁੰਝ ਮਾਰ ਕੇ ਵਾਪਸ ਮੁੜਾਉਣਗੇ। ਹੁਣ ਹੀ ਪ੍ਰਚਾਰ ਕਰਨਾ ਸ਼ੁਰੂ ਕਰਦੇ ਵੀ ਮੈਂ ਚੁੰਝ ਮਾਰ ਕੇ ਵੇਖ ਲਿਆ, ਮੈਂ ਵੇਖ ਆਇਆ ਉੱਥੋਂ, ਮੈਨੂੰ ਨਹੀਂ ਮਿਲਿਆ ਉੱਥੋਂ ਕੁਝ। ਆਸਾਂ ਆਸ ਕਰੇ ਸਭ ਕੋਈ, ਆਸਾਂ ਲਾ ਕੇ ਸਾਰਾ ਜਗਤ ਤੁਰਿਆ ਫਿਰਦਾ ਹੈ ਸਾਰੇ। ਮਹਾਰਾਜ ਪੂਰੀ ਕਦੋਂ ਹੁੰਦੀ ਆਸ? ਹੁਕਮ ਹੈ ਬੂਝੈ, ਉਹਦੇ ਹੁਕਮ ਨੂੰ ਬੁੱਝ ਲੈਂਦਾ ਹੈ ਕੋਈ, ਉਹਦੇ ਹੁਕਮ ਨੂੰ ਸਮਝ ਲੈਂਦਾ ਹੈ। ਨਿਰਾਸ਼ਾ ਹੋਈ, ਨਿਰਾਸ਼ਾ ਹੋਣ ਦਾ ਅਰਥ ਉਹ ਆਸਾਂ ਤੋਂ ਉੱਪਰ ਉੱਠ ਗਿਆ, ਹੁਣ ਉਹਨੂੰ ਕੋਈ ਆਸ ਨਹੀਂ, ਉਹਨੂੰ ਆਸ ਇੱਕੋ ਹੀ ਹੈ। ਧਰ ਜੀਆ ਰੇ ਇੱਕ ਟੇਕ ਤੂੰ ਲਾਹ ਬਿਡਾਨੀ ਆਸ, ਉਹਨੂੰ ਸਮਝ ਆ ਗਈ ਇਹ ਜੀਆ ਰੇ ਇੱਕ ਤੇ ਆਸ ਰੱਖਾਂ ਵੇ ਨਾ ਥਾਂ ਥਾਂ ਸਿਰ ਚੁਕਾ। ਧਰ ਜੀਆ ਰੇ ਇੱਕ ਟੇਕ ਤੂੰ ਲਾਹ ਬਿਡਾਨੀ ਆਸ, ਨਾਨਕ ਨਾਮ ਧਿਆਈ ਹੈ ਕਾਰਜ ਆਵੈ ਰਾਸ। ਜੇ ਕਾਰਜ ਰਾਸ ਕਰਨਾ ਚਾਹੁੰਦਾ ਹੈ, ਜ਼ਿੰਦਗੀ ਸੋਹਣੀ ਬਣਾਉਣਾ ਚਾਹੁੰਦਾ ਤਾਂ ਇੱਕ ਦਾ ਆਸਰਾ ਧਰ ਲੈ, ਇੱਕ ਦਾ ਹੋ ਜਾ। ਹੁਕਮ ਹੈ ਬੂਝੈ, ਨਿਰਾਸ਼ਾ ਹੋਈ, ਹੁਕਮ ਨੂੰ ਬੁੱਝ ਲਿਆ, ਹੁਣ ਨਿਰਾਸ਼ਾ ਹੋ ਗਿਆ ਭਾਵ ਆਸਾਂ ਤੋਂ ਉੱਪਰ ਉੱਠ ਗਿਆ। ਅਗਲਾ ਬਚਨ ਬੜਾ ਪਿਆਰਾ ਹੈ, ਆਸਾਂ ਵਿੱਚ ਸੁੱਤੇ, ਕਈ ਆਸਾਂ ਵਿੱਚ ਹੀ ਸੁੱਤੇ ਨੇ, ਗਫਲਤ ਦੀ ਨੀਂਦ ਵਿੱਚ ਸੁੱਤੇ ਹੋਏ ਨੇ, ਆਸਾਂ ਲਾ ਲਾ ਕੇ ਹੋਰ ਸੌਂ ਜਾਂਦੇ ਨੇ। ਇੱਕ ਦੀ ਆਸ ਲਾਈ ਉਹ ਉੱਥੋਂ ਪੂਰੀ ਨਹੀਂ ਹੋਈ, ਦੂਜੇ 'ਤੇ ਲਾ ਲਈ, ਮਾਂ ਵੀ ਆਸ ਲਾਉਂਦੀ ਹੈ। ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਆਸਾਂ ਵਿੱਚ ਸੁੱਤੇ ਕਈ ਲੋਈ, ਆਸਾਂ ਵਿੱਚ ਸੁੱਤੇ ਕਈ ਲੋਈ। ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਮਾਂ ਸੁੱਤੀ ਹੈ, ਪਿਤਾ ਸੁੱਤਾ ਹੈ, ਦਾਦੀ ਦਾਦੇ ਸਾਰੇ ਸੁੱਤੇ ਨੇ, ਇਹ ਪੁੱਤਰ ਹੀ ਹੋਣਾ ਸਾਡੇ ਘਰ, ਅਸੀਂ ਤਾਂ ਅਰਦਾਸ ਕਰਾ ਕੇ ਲਿਆਏ ਹਾਂ, ਅਸੀਂ ਤਾਂ ਅਰਦਾਸ ਕਰਾ ਕੇ ਲਿਆਏ ਹਾਂ, ਪਹਿਲਾਂ ਦੋ ਧੀਆਂ ਨੇ, ਹੁਣ ਤੀਜਾ ਪੁੱਤਰ ਹੀ ਹੋਣਾ ਹੈ, ਆਸ ਹੈ। ਪਰ ਮਾਂ ਇਹ ਆਸ ਨਿਰਾਸ਼ਾ 'ਚ ਕਦੋਂ ਬਦਲਣੀ ਹੈ? ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਿਲ, ਇਹਨੇ ਵੱਡੇ ਹੋ ਕੇ ਕਮਾਈ ਕਰਕੇ ਲਿਆਉਣੀ ਹੈ, ਅਸੀਂ ਦੋਵੇਂ ਜੀ ਬਹਿ ਕੇ ਚਿੱਟੀ ਚਾਦਰ ਹੋਇਆ ਕਰਨੀ ਸਾਡੇ ਥੱਲੇ। ਨੂੰਹ ਨੇ ਕਿਹਾ ਕਰਨਾ ਆਹ ਬਦਲ ਦਿਓ ਡੈਡੀ ਜੀ, ਸਵੇਰ ਦੀ ਬੈੱਡ 'ਤੇ ਵਿਛਾਈ ਹੈ, ਹੁਣ ਸ਼ਾਮਾਂ ਨੂੰ ਹੋਰ ਚੇਂਜ ਕਰ ਦਿੰਦੀ ਹੈ। ਪਤਾ ਉਦੋਂ ਲੱਗਣਾ ਜਦੋਂ ਦੋਵਾਂ ਮੀਆਂ ਬੀਬੀ ਨੇ ਕਹਿਣਾ ਹੈ ਮੰਮੀ ਡੈਡੀ ਜੀ ਸਾਡੇ ਵਿੱਚ ਦਖਲ ਨਾ ਹੀ ਦਿਆ ਕਰੋ, ਚੰਗਾ ਹੈ ਹੁਣ ਤੁਸੀਂ ਰੋਟੀ ਖਾਇਆ ਕਰੋ, ਬਸ ਇੰਨਾ ਕੁ ਸੰਬੰਧ ਹੈ ਤੁਹਾਡਾ ਸਾਡੇ ਨਾਲ। ਉਦੋਂ ਸੁਪਨੇ 'ਚੋਂ ਜਾਗਣਾ, ਕਿਸੇ ਦਾ ਸੁਪਨਾ 20 ਸਾਲ ਬਾਅਦ ਜਾਗਦਾ ਖੁੱਲ੍ਹਦਾ, ਇਹ ਤਾਂ ਸੁਪਨਾ ਰਾਤ ਲੈਂਦਾ ਨਾ ਬੰਦਾ, ਰਾਤ ਸੌਂਦਾ ਸਵੇਰੇ ਜਾਗ ਪੈਂਦਾ, ਇਹ ਵੀ ਸੁਪਨਾ ਹੈ। ਕਿਸੇ ਦਾ 20 ਸਾਲਾਂ ਬਾਅਦ ਜਾ ਕੇ ਖੁੱਲ੍ਹਦਾ, ਫਿਰ ਚੇਤੇ ਆਉਂਦਾ ਤੇਰੇ ਬਦਲੇ 'ਤੇ ਗੁਰੂ ਕੋਲ ਨਾ ਜਾ ਸਕਿਆ, ਇੰਨੀ ਕੁ ਮੇਰੀ ਹੈਸੀਅਤ ਇਸ ਘਰ ਵਿੱਚ।
ਆਸਾਂ ਵਿੱਚ ਸੁੱਤੇ ਕਈ ਲੋਈ, ਕਈ ਲੋਕ ਆਸਾਂ ਵਿੱਚ ਹੀ ਸੁੱਤੇ ਹੋਏ ਨੇ। ਗੁਰੂ ਜਗਾਉਣ ਆਇਆ ਹੈ। ਸੋ ਜਾਗੈ, ਜਾਗਦਾ ਕੌਣ ਹੈ ਮੇਰੇ ਮਹਾਰਾਜ, ਦੱਸੋ ਤਾਂ ਸਹੀ। ਜਗਾਵੈ ਸੋਈ, ਜਿਹੜਾ ਜਾਗਣ ਦੀ ਇੱਛਾ ਲੈ ਕੇ ਗੁਰੂ ਕੋਲ ਆਉਂਦਾ ਅਤੇ ਗੁਰੂ ਜਗਾਉਂਦਾ ਹੈ, ਅਤੇ ਜਗਾ ਉਹ ਸਕਦਾ ਹੈ ਭਾਗਾਂ ਵਾਲਿਓ ਜਿਹੜਾ ਖੁਦ ਜਾਗਿਆ ਹੋਵੇ। ਅਤੇ ਜਾਗਦਾ ਕੌਣ ਹੈ? ਏਕੋ ਸਤਿਗੁਰ ਜਾਗਤਾ, ਜਗਾਏਗਾ ਉਹੜਾ ਜਾਗਦਾ ਹੈ। ਤੁਸੀਂ ਟ੍ਰੇਨ ਫੜਨੀ ਹੋਵੇ ਤਾਂ ਤੁਸੀਂ ਆਪਣੇ ਨਾਲ ਦੇ ਨੂੰ ਕਹੋ, ਭਾਈ ਮੈਨੂੰ ਸਵੇਰੇ ਤੜਕੇ ਉਠਾ ਦੇਈ। ਉਹ ਉਠਾਏਗਾ ਤਾਂ ਜੇ ਪਹਿਲਾਂ ਜਾਗੇਗਾ, ਅਤੇ ਜੇ ਉਹ ਆਪ ਹੀ ਸੁੱਤਾ ਹੋਇਆ ਤੁਹਾਨੂੰ ਕਿਵੇਂ ਉਠਾਏਗਾ? ਇਹ ਸੰਸਾਰ ਅਤੇ ਗਫਲਤ ਦੀ ਨੀਂਦ ਤੋਂ ਜਗਾਉਣ ਲਈ ਇੱਕੋ ਹੀ ਥਾਂ ਹੈ, ਉਹ ਹੈ ਗੁਰੂ। ਗੁਰੂ ਆਪ ਜਾਗਦਾ ਹੈ। ਏਕੋ ਸਤਿਗੁਰੂ ਜਾਗਤਾ, ਹੋਰ ਜਗ ਸੂਤਾ ਮੋਹ ਪਿਆਸ, ਹੋਰ ਜਗਤ ਮੋਹ ਦੀ ਪਿਆਸ ਵਿੱਚ ਸੁੱਤਾ ਹੋਇਆ ਹੈ। ਅਤੇ ਮਹਾਰਾਜ ਕਹਿੰਦੇ, ਸੋ ਜਾਗੈ ਜਗਾਵੈ ਸੋਈ, ਉਹ ਜਾਗੇਗਾ ਜਿਹੜਾ ਗੁਰੂ ਕੋਲ ਆਏਗਾ, ਅਤੇ ਗੁਰੂ ਉਸ ਨੂੰ ਜਗਾ ਦੇਵੇਗਾ, ਅਤੇ ਜਾਗ ਜਾਏਗਾ ਅਤੇ ਆਪਣਾ ਘਰ ਬਚਾ ਲਵੇਗਾ, ਅਤੇ ਫਿਰ ਤ੍ਰਿਸ਼ਨਾ ਦੀ ਅਗਨ ਬੁੱਝ ਜਾਏਗੀ, ਸੱਚ ਨਾਲ ਤੇਰੀ ਸਾਂਝ ਪੈ ਜਾਏਗੀ। ਸ਼ਬਦ ਦੇ ਰਹਾਉ ਵਾਲੇ ਬੰਦ ਦੀ ਵਿਚਾਰ, ਪਹਿਲੇ ਬੰਦ ਦੀ ਵਿਚਾਰ ਆਪਾਂ ਸ਼੍ਰਵਣ ਕੀਤੀ ਹੈ। ਅਗਲੇਰੇ ਬੰਦਾਂ ਦੀ ਵਿਚਾਰ ਅਗਲੇ ਦੀਵਾਨ ਵਿੱਚ ਕੱਲ੍ਹ ਨੂੰ ਆਪਾਂ ਸਾਂਝੀ ਕਰਾਂਗੇ। ਭੁੱਲਾਂ ਮੇਰੀਆਂ ਬਚਨ ਸਤਿਗੁਰ ਦੇ ਜਾਣ ਕੇ ਹਿਰਦੇ ਵਿੱਚ ਵਸਾਉਣੇ। ਗੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।